ਵਾਹਿਗੁਰੂ ਜੀ ਗੁਰੂ ਨਾਨਕ ਭਗ ਪੰਕਜ ਬੰਦਨ ਭਗ ਪੰਕਜ ਬੰਦਨ ਸਿਮਰਉ ਅੰਗਦ ਦੋਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦਾਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੋਬ ਮਤ ਪਰ ਕਾਸਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਨਮ ਨਾਇ ਬੋਰੀ ਸ਼ੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਧਰੋਂ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋਂ ਬਰ ਬਰ ਜਗ ਦੀ ਸਾ ਜਿਸ ਮੈਂ ਅਮਰਤ ਗਿਆਨ ਹੈ ਮਾਨੁਗ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਜੁਦਦ ਬੰਦੋਂ ਕਰਿ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਨ ਜੀਤੇ ਪੰਜ ਵਿਕਾਰ ਨਿਸੰਤਨ ਕੋ ਬੰਦਨਾ ਸਰ ਚਰਨਨ ਪਰ ਧਾਰ ਏਕ ਓੰਕਾਰਾ ਸਤਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਸਾਹਿਬ ਜੀ ਦੌਲਤ ਖਾਨ ਦੀਨ ਜੋ ਚਾਹਾ ਪੂਰਬਸਤ ਲਈਨੀ ਤਿਹ ਪਾਹਾ ਤੇਹ ਤੇ ਪੁਨ ਚੜ ਚਲੀ ਬਰਾਤਾ ਕਿਨੋ ਜਾਏ ਟੁਕਾਓ ਸੁਹਾਤਾ ਚਉ ਪਈ ਦੌਲਤ ਖਾਨ ਦੀਨ ਜੋ ਚਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਚਨ ਕਿਰਪਾ ਦੇ ਖਜ਼ਾਨੇ ਤਨ ਤਨ ਸਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਤਗੁਰਾਂ ਦੀ ਸਾਜੀ ਨਿਵਾਜੀ ਗੁਰਸਵਾਰੀ ਸਾਤ ਸੰਗਤ ਜੀਓ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਆਪ ਕਰਤਾ ਪੁਰਖ ਨਿਰਭਉ ਨਿਰਵੈਰ ਸਰੂਪ ਦਾ ਸਰਗੁਣ ਰੂਪ ਹੋ ਕਰਕੇ ਬਖਸ਼ਿਸ਼ ਕੀਤੀ ਹੈ ਇਹ ਜਿੰਨੀ ਜਗਤ ਦੀ ਰਚਨਾ ਵਾਹਿਗੁਰੂ ਜੀ ਨੇ ਬਣਾਈ ਹੈ ਔਰ ਇਸ ਦਾ ਪ੍ਰਬੰਧ ਜੋ ਕੀਤਾ ਹੈ ਉਹ ਆਪਣੇ ਆਪ ਵਾਹਿਗੁਰੂ ਜੀ ਨੇ ਅੱਗੇ ਤੋਂ ਅੱਗੇ ਚਲਾਇਆ ਹੈ ਜਦੋਂ ਤੱਕ ਉਸ ਦੀ ਮौज ਹੈ ਉਦੋਂ ਤੱਕ ਉਸ ਨੇ ਚਲਾਈ ਜਾਣਾ ਇਸ ਵਾਸਤੇ ਸਹਿਬ ਪਾਤਸ਼ਾਹ ਅਕਾਲ ਪੁਰਖ ਜੀ ਨੇ ਜਿੱਥੇ ਵੱਖੋਂ ਵੱਖਰੀਆਂ ਜੂਨਾ ਰਚੀਆਂ ਨੇ ਵੱਖੋਂ ਵੱਖਰੀਆਂ ਜੂਨਾ ਦੇ ਵਿੱਚ ਨਰ ਤੇ ਮਾਦੇ ਦਾ ਭੇਦ ਰੱਖਿਆ ਹੈ ਇਸਤਰੀ ਤੇ ਪੁਰਖ ਦਾ ਭੇਦ ਰੱਖਿਆ ਔਰ ਇਹਨਾਂ ਦੇ ਸੰਯੋਗ ਤੋਂ ਅੱਗੇ ਉਤਪਤੀ ਵਾਹਿਗੁਰੂ ਪਰਮੇਸ਼ਵਰ ਜੀ ਨੇ ਰਚਾਈ ਹੋਈ ਹੈ ਇਹ ਪ੍ਰਬੰਧ ਪਰਮੇਸ਼ਵਰ ਦਾ ਹੈ ਇਸ ਵਾਸਤੇ ਸਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਗ੍ਰਸਥ ਮਾਰਗ ਨੂੰ ਪ੍ਰਧਾਨਤਾ ਦਿੱਤੀ ਹੈ ਔਰ ਏਸ ਨੂੰ ਹਜੂਰ ਜੀ ਨੇ ਹੁਕਮ ਕਿਹਾ ਕਿ ਭਾਈ ਇਹ ਪ੍ਰਵਿਰਤੀ ਕਰਮ ਹੈ ਇੱਕ ਨਵਿਰਤੀ ਕਰਮ ਹੈ ਇੱਕ ਪ੍ਰਵਿਰਤੀ ਕਰਮ ਹੈ ਨਿਵਰਤੀ ਪਖ ਉਸ ਨੂੰ ਕਿਹਾ ਕਿ ਸੰਸਾਰ ਤੋਂ ਅਲੱਗ ਹੋ ਕਰਕੇ ਬਿਰਤੀਆਂ ਦਾ ਨਿਰੋਧ ਕਰਕੇ ਦੁਨੀਆ ਤੋਂ ਅਲੱਗ ਹੋ ਕਰਕੇ ਜਾ ਬੈਠਣਾ ਦੁਨੀਆ 'ਚ ਪ੍ਰਵਿਰਤ ਨਾ ਹੋਣਾ ਨਿਵਰਤੀ ਪਰ ਜੋ ਵਾਹਿਗੁਰੂ ਪਰਮੇਸ਼ਰ ਨੇ ਇਹ ਪ੍ਰਬੰਧ ਰਚਿਆ ਇਸ ਤੋਂ ਸਿੱਧ ਹੁੰਦਾ ਕਿ ਵਾਹਿਗੁਰੂ ਪਰਮੇਸ਼ਵਰ ਜੀ ਦਾ ਇਹ ਹੋਈ ਇਰਾਦਾ ਹੈ ਉਸ ਦਾ ਇਹੀ ਪ੍ਰਬੰਧ ਹੈ ਕਿ ਪ੍ਰਵਿਰਤੀ ਕਰਮ ਵਿੱਚ ਦੁਨੀਆ ਚੱਲੇ ਇਸੇ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪਰਮੇਸ਼ਵਰ ਦਾ ਅਵਤਾਰ ਨੇ ਆਪ ਨਾਰਾਇਣ ਕਲਾ ਧਰ ਜਗ ਮੈਂ ਪਰਵਰਿਓ ਅਤੇ ਆਪ ਸ਼ੰਸ਼ਾ ਪਿਤਾ ਹਜੂਰ ਜੀ ਨੇ ਆਪਣਾ ਵਿਆਹ ਆਨੰਦ ਕਾਰਜ ਦਾ ਕਾਰਜ ਰਚਿਆ ਔਰ ਉਸ ਨੂੰ ਬੜੇ ਸੁੰਦਰ ਢੰਗ ਦੇ ਨਾਲ ਬਾਖੂਮੀ ਨਿਭਾਇਆ ਹੁਣ ਗਰੀਬ ਬਨਵਾ ਸਨ ਸ਼ਾਪਿੱਤਾ ਸਾਹਿਬ ਗੁਰੂ ਨਾਨਕ ਮਹਾਰਾਜ ਮਾਖਿਸ਼ ਕੀਤੀ ਹੈ ਸੁਲਤਾਨਪੁਰ ਸਾਹਿਬ ਜੀ ਤੋਂ ਮਰਾਤ ਲੈ ਕਰਕੇ ਮਟਾਲੇ ਪਹੁੰਚੇ ਨੇ ਉੱਥੇ ਜਾ ਕਰਕੇ ਅਨੰਦ ਕਾਰਜ ਕੀਤਾ ਤਿੰਨ ਦਿਨ ਉੱਥੇ ਰਹਿ ਕਰਕੇ ਗਰੀਬਾਂ ਨੂੰ ਸਾਧੂਆਂ ਨੂੰ ਸ਼ਰਧਾਲੂਆਂ ਨੂੰ ਗੁਰੂ ਸਾਹਿਬ ਨੇ ਤਾਰਿਆ ਵਾਪਸ ਆਏ ਨੇ ਹਜੂਰ ਸੁਲਤਾਨਪੁਰ ਸਾਹਿਬ ਇਥੋਂ ਵਿਚਾਰਾਂ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮਖਸ਼ਿਸ਼ ਕੀਤੀ ਹੈ ਮਾਤਾ ਤ੍ਰਿਪਤਾ ਜੀ ਨੂੰ ਦਰਸ਼ਨ ਦੇਣ ਲਈ ਤੇ ਰਾਜਾ ਰਾਇ ਭੁਲਾਰ ਦੀ ਸ਼ਰਧਾ ਪੂਰੀ ਕਰਨ ਲਈ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਮਾਤਾ ਸੁਲਖਣੀ ਜੀ ਦੇ ਸਮੇਤ ਸ੍ਰੀ ਨਨਕਾਣਾ ਸਾਹਿਬ ਰਾਏ ਪੋਇੰਦੀ ਤਲਵੰਡੀ ਵਿੱਚ ਪਹੁੰਚੇ ਮਾਤਾ ਜੀ ਦੇ ਮਨ ਦੀ ਖੁਸ਼ੀ ਕੀਤੀ ਹੈ ਮਾਤਾ ਜੀ ਨੇ ਪ੍ਰਸੰਤਾ ਦੇ ਸਹਿਤ ਜੋ ਉਹਨਾਂ ਦਾ ਜੋਗ ਬਣਦਾ ਸੀ ਉਹਨਾਂ ਨੇ ਸੋਣਾ ਸ਼ਗਨ ਵਿਹਾਰ ਕੀਤਾ ਸਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸਤਿਗੁਰਾਂ ਦੇ ਪਿਤਾ ਜੀ ਨੇ ਬਚਨ ਕੀਤਾ ਕਿ ਪੁੱਤਰ ਚਲੋ ਰਾਏ ਸਾਹਿਬ ਜੀ ਨੂੰ ਜਾ ਕੇ ਦਰਸ਼ਨ ਦਿਓ ਉਹ ਬਹੁਤ ਚਿਰ ਤੋਂ ਉਡੀਕ ਕਰਦੇ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚਾਚਾ ਲਾਲੂ ਜੀ ਮਹਿਤਾ ਕਾਲੂ ਜੀ ਸਤਗੁਰੂ ਜੀ ਕੁਛ ਪਤਵੰਤੇ ਸੱਜਣਾ ਨੂੰ ਨਾਲ ਲੈ ਕੇ ਰਾਏ ਬੁਲਾਰ ਨੂੰ ਮਿਲਣ ਵਾਸਤੇ ਗਏ ਨੇ ਰਾਏ ਬੁਲਾਰ ਪਹਿਲਾਂ ਹੀ ਗੁਰੂ ਸਾਹਿਬ ਜੀ ਦੇ ਆਨੰਦਕਾਰ ਜੀ ਦੀਆਂ ਸ਼ਾਦੀ ਦੀਆਂ ਆਨੰਦਕਾਰਜ ਦੀਆਂ ਗੱਲਾਂ ਬਾਤਾਂ ਕਰ ਰਹੇ ਸਨ ਗੁਰੂ ਸਾਹਿਬ ਜੀ ਨੂੰ ਆਉਂਦਿਆਂ ਵੇਖ ਕਰਕੇ ਰਾਜਾ ਉੱਠ ਕੇ ਖੜਾ ਹੋਇਆ ਭਾਈ ਗੁਰਦਾਸ ਸਾਹਿਬ ਜੀ ਦਾ ਕਥਨ ਹੈ ਕਹਿੰਦੇ ਨੇ ਸਤਗੁਰ ਸੱਚਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਜੁਹਾਰੀ ਮੇਰਾ ਗੁਰੂ ਸੱਚਾ ਪਾਤਸ਼ਾਹ ਹੈ ਦੁਨੀਆਂ ਦੇ ਪਾਤਸ਼ਾਹ ਜਿਨ੍ਹਾਂ ਨੂੰ ਸਲਾਮਾਂ ਤੇ ਨਮਸਕਾਰਾਂ ਕਰਦੇ ਆ ਤੋ ਧੰਨ ਸਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਸੋ ਰਾਇ ਬੁਲਾਰ ਸਤਕਾਰ ਵਿੱਚ ਉੱਠ ਕੇ ਖੜਾ ਹੋਇਆ ਗੁਰੂ ਸਾਹਿਬ ਸਤਕਾਰ ਕਰਨ ਵਾਸਤੇ ਝੁਕਣਾ ਚਾਹਿਆ ਰਾਇ ਬੁਲਾਰ ਨੇ ਸੋ ਸਤਗੁਰੂ ਪਾਤਸ਼ਾਹ ਜੀ ਨੂੰ ਬਾਹਾਂ ਤੋਂ ਪਕੜ ਕਰਕੇ ਛਾਤੀ ਨਾਲ ਲਾਇਆ ਹੈ ਬਾਣੀ ਗਦਗਦ ਹੋਈ ਏ ਬਿਨਾ ਪੁੱਛਿਆ ਹੀ ਕਮੀ ਜੀ ਨੇ ਲਿਖਿਆ ਵੀ ਬਿਨਾ ਹੀ ਕੁਛ ਬੋਲਣ ਤੋਂ ਆਪਣੇ ਦਿਲ ਦਾ ਸੁੱਖ ਦੋਹਾਂ ਨੇ ਜਾਣ ਲਿਆ ਮੱਲੋ ਜੋਰੀ ਸਤਿਗੁਰੂ ਜੀ ਨੂੰ ਆਪਣੇ ਪਲੰਘੇ ਦੇ ਸਹਰਾਣੇ ਵਾਲੇ ਪਾਸੇ ਬਿਠਾ ਕਰਕੇ ਰਾਜ ਬਲਾਰ ਕੋਲ ਬੈਠਾ ਹੈ ਤੇ ਉਸ ਨੇ ਇਸ ਪ੍ਰਕਾਰ ਬੇਨਤੀ ਕੀਤੀ ਹੈ ਕਿ ਮਹਾਰਾਜ ਆਨੰਦ ਕਾਰਜ ਸ਼ਾਦੀ ਕਿਸ ਤਰ੍ਹਾਂ ਰਹੀ ਹੈ ਮਰਦਾਨਾ ਨਾਲ ਸੀ ਮਰਦਾਨਾ ਹੱਥ ਜੋੜ ਕਰਕੇ ਹੁਣ ਬਿਆਨ ਕਰਦਾ ਹੈ ਕਿ ਮਹਾਰਾਜ ਰਾਜਾ ਸਾਹਿਬ ਤੁਹਾਡੀ ਕਿਰਪਾ ਦਾ ਸਦਕਾ ਬੜੇ ਆਨੰਦ ਹੋਏ ਨੇ ਬੜੇ ਸੁਖ ਹੋਏ ਨੇ ਮਰਦਾਨੇ ਦੀ ਰਸਨਾ ਤੋਂ ਸਤਿਗੁਰੂ ਮਹਾਰਾਜ ਦੇ ਆਨੰਦ ਕਾਰਜ ਦੀ ਗਾਥਾ ਰਾਏ ਬਲਾਰ ਨੂੰ ਸੁਣਾਈ ਜਾ ਰਹੀ ਹੈ ਆਓ ਪਿਆਰਪੂਰਵਕ ਪ੍ਰਸੰਗ ਦੀ ਲੜੀ ਦੇ ਵਿੱਚ ਮਨ ਜੋੜੀਏ ਮੁੱਖ ਨੂੰ ਪਵਿੱਤਰ ਕਰੀਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਦੌਲਤ ਖਾਨ ਦੀਨ ਜੋ ਚਾਹ ਤੋ ਕਹਿਣ ਲੱਗਾ ਜੀ ਦੌਲਤ ਖਾਨ ਨਵਾਬ ਸਾਹਿਬ ਨੇ ਜੋ ਜੋ ਵੀ ਵਸਤੂ ਦੀ ਜ਼ਰੂਰਤ ਸੀ ਸੋ ਹਾਥੀ ਘੋੜੇ ਰਥ ਪਲਕੀਆਂ ਸਾਜੋ ਸਮਾਨ ਜੋ ਲੁਣੀਂਦਾ ਸੀ ਸਭ ਉਸ ਨੇ ਦਿੱਤਾ ਹੋਰ ਵਸਤ ਲੈਣੀ ਤੇ ਪਾਹ ਕਹਿੰਦੇ ਫਿਰ ਬਹੁਤ ਸਾਰੀਆਂ ਵਸਤੂਆਂ ਰਾਜਾ ਸਾਹਿਬ ਉਹਨਾਂ ਕੋਲੋਂ ਵੀ ਲਈਆਂ ਜੀ ਤੇ ਤੇ ਪੁਣ ਛੜ ਚਲੀ ਬਰਾਤਾ ਉੱਥੋਂ ਤਿਆਰੀ ਕਰਕੇ ਮਰਾਤ ਚੜ੍ਹ ਕਰਕੇ ਸੁਲਤਾਨਪੁਰ ਸਾਹਿਬ ਤੋਂ ਫਿਰ ਅੱਗੇ ਚੱਲੀ ਹੈ ਜਿਨੋ ਜੈ ਟੁਕਾਓ ਸੁਹਾਤਾ ਬੜਾ ਸੋਹਣੇ ਢੰਗ ਦੇ ਨਾਲ ਜਾ ਕਰਕੇ ਜੀ ਵਟਾਲੇ ਨਗਰ ਵਿੱਚ ਢੁਕਾਓ ਕੀਤਾ ਬਰਾਤ ਨੇ ਖਾਜੀਓ ਕਾਲੂ ਦਰਬ ਵਿਸਾਲਾ ਧੋ ਮਹਿਤਾ ਕਾਲੂ ਜੀ ਨੇ ਤੋ ਬਹੁਤ ਖੁੱਲੇ ਦਿਲ ਦੇ ਨਾਲ ਸੋ ਧਨ ਆਦਿਕ ਜਿਹੜਾ ਹੈ ਉਸ ਦਾ ਪ੍ਰਯੋਗ ਕੀਤਾ ਜੀ ਉਤ ਸਭ ਪਾਸ ਉਠ ਤਿਹ ਕਾਲਾ ਸੁੱਠ ਬੜਾ ਹੀ ਸੁੰਦਰ ਉਤਸ਼ਾਹ ਮਹਾਰਾਜ ਉਸ ਵੇਲੇ ਹੋਇਆ ਜੀ ਦੋ ਤਿਸ਼ ਨੈ ਰਸ ਅਤਿ ਸ਼ੈ ਰਾਖਾ ਤੋ ਰਾਜਾ ਸਾਹਿਬ ਜੀ ਦੋਨਾਂ ਪਾਸਿਓਂ ਬਹੁਤ ਰਸ ਰੱਖਿਆ ਪ੍ਰੇਮ ਰੱਖਿਆ ਸਤਿਕਾਰ ਰੱਖਿਆ ਜੀ ਜਿਨ ਕੈ ਮਨ ਜਸ ਕੀ ਬਿਲਾਖਾ ਇਸ ਪ੍ਰਕਾਰ ਜਿਨ੍ਹਾਂ ਦੇ ਮਨ ਵਿੱਚ ਇਹੋ ਜੀ ਦੋਨਾਂ ਪੱਖਾਂ ਦੇ ਕਿ ਕੋਈ ਵੀ ਮਾੜੀ ਗੱਲ ਨਾ ਹੋਵੇ ਸੋ ਸਾਰਿਆਂ ਵਿੱਚ ਜਸ ਹੋਵੇ ਇਸ ਕਾਰਜ ਦਾ ਮੁਝ ਦੇਖਤ ਪੇ ਵਿਆਹ ਕਨੀਰੀ ਤੂੰ ਮਰਦਾਨਾ ਕਹਿੰਦਾ ਮਹਾਰਾਜ ਅਸੀਂ ਮਰਾਸੀ ਲੋਕ ਹਾਂ ਹਰ ਥਾਂ ਤੇ ਜਾਣਾ ਖੁਸ਼ਗਾਮੀ ਤੇ ਤੋ ਮਹਰੇ ਵਿਆਹ ਅਸੀਂ ਬਹੁਤ ਦੇਖੇ ਹਨ ਤੇ ਪਰ ਸੋ ਬਾਹਜ ਬੈਸ ਵਡੇਰੇ ਤੋ ਬ੍ਰਾਹਮਣਾ ਦੇਵੀ ਖਤਰੀਆਂ ਦੇ ਵੀ ਵੈਸਾਂ ਦੇ ਵੀ ਸਾਰਿਆਂ ਦੇ ਵਿੱਚ ਅਸੀਂ ਜਾਂਦੇ ਆਂ ਹੱਥ ਅਸ ਉਤ ਸਭ ਮੈਂ ਸੁਨਾਣਾ ਦੇਖਾ ਕਹਿੰਦਾ ਨਾ ਇਹੋ ਜਿਹਾ ਉਤਸ਼ਾਹ ਕਦੇ ਦੇਖਿਆ ਤੇ ਨਾ ਕਦੇ ਮੈਂ ਕੰਨਾਂ ਨਾਲ ਸੁਣਿਆ ਜਿਹੋ ਜਿਹਾ ਉਤਸ਼ਾਹ ਧੰਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਰਾਤ ਦੇ ਢਕਾਓ ਤੇ ਵਿਆਹ ਦੇ ਸਮੇ ਹੋਇਆ ਜੀ ਚਸ ਇਸ ਮਹ ਭਾ ਮੋਦ ਵਿਸੇਖਾ ਵਿਸ਼ੇਸ਼ ਕਰਕੇ ਇਸ ਵਿਆਹ ਦੇ ਵਿੱਚ ਜਿਹੜੀ ਖੁਸ਼ੀ ਹੋਈ ਹੈ ਨਾ ਮਹਾਰਾਜ ਇਹੋ ਜਿਹੀ ਕਿਤੇ ਨਹੀਂ ਦੇਖੀ ਸੁਨ ਬਲਾਰ ਮਨ ਤਨ ਸੁਖ ਪਾਵਾ ਇਹ ਗੱਲ ਸੁਣ ਕੇ ਰਾਏ ਬਲਾਰ ਦੇ ਤਨ ਵਿੱਚ ਉਸ ਦੇ ਮਨ ਵਿੱਚ ਬਹੁਤ ਖੁਸ਼ੀ ਹੋਈ ਬਹੁਤ ਸੁਖੀ ਹੋ ਗਿਆ ਸਾਧ ਸਾਧ ਕਾਲੂ ਪ੍ਰਤ ਗਾਵਾ ਉਸ ਵੇਲੇ ਮਹਿਤਾ ਕਾਲੂ ਜੀ ਫਿਰ ਸ਼ਾਬਾਸ਼ ਦਿੱਤੀ ਸ਼ਾਬਾਸ਼ ਮਹਿਤਾ ਕਾਲੂ ਬਹੁਤ ਚੰਗਾ ਕੀਤਾ ਤੂੰ ਸ਼੍ਰੀ ਬੇਦੀ ਕੋਲ ਕਾਲ ਕਾਲ ਸੋ ਸੋਹਾਵਨ 베ਦੀ ਕੋਲ ਦੇ ਕਲਸ ਰੂਪ ਸ਼੍ਰੋਮਣੀ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਆਸ ਪ੍ਰਕਾਰ ਮਿਲ ਕੀ ਘਰ ਆਵਨ ਿਉ ਮਿਲ ਕਰਕੇ ਆਸ ਪ੍ਰਕਾਰ ਮਿਲ ਕੀਏ ਘਰ ਆਉ ਇਸ ਤਰੀਕੇ ਨਾਲ ਮਿਲ ਕਰਕੇ ਕਹਿੰਦੇ ਘਰ ਵਿੱਚ ਆਏ ਜੀ ਚਾਉ ਭਾਈ ਵਿੰਜਨ ਮੇਜ ਕਰ ਜਨਨ ਸਵਾਰੇ ਤੂੰ ਮਹਾਰਾਜ ਆਪਣੇ ਹੱਥਾਂ ਦੇ ਨਾਲ ਗੁਰੂ ਪਾਤਸ਼ਾਹ ਸੁਭਾਵ ਰਾਏ ਬਲਾ ਨੂੰ ਦਰਸ਼ਨ ਦੇ ਕੇ ਵਰਤਨ ਲਾਭ ਕਰਕੇ ਵਾਪਸ ਆਏ ਨੇ ਮਾਤਾ ਤ੍ਰਿਪਤਾ ਜੀ ਨੇ ਆਪਣੇ ਹੱਥਾਂ ਦੇ ਨਾਲ ਬੜੇ ਖੁਸ਼ੀ ਦੇ ਨਾਲ ਸੁੰਦਰ ਪਕਵਾਨ ਤੇ ਸੋਹਣੇ ਭੋਜਨ ਤਿਆਰ ਕੀਤੇ ਹਨ ਬੈਠ ਨਿਕਟ ਕਰ ਨੇਹੋ ਜਿਵਾਰੀ ਤੋਂ ਇਸ ਪ੍ਰਕਾਰ ਕੋਲ ਬਿਠਾ ਕੇ ਮਾਤਾ ਜੀ ਨੇ ਬੜੇ ਖੁਸ਼ੀ ਦੇ ਨਾਲ ਭੋਜਨ ਸ਼ਿਕਾਏ ਹਨ ਚਰਚਰ ਅਸਨ ਜੋ ਅਚਿਓ ਕਿਰਪਾਲਾ ਤਨ ਕਿਰਪਾਲੂ ਸ੍ਰੀ ਗੁਰੂ ਨਾਨਕ ਪਾਸ਼ ਬੜਾ ਸੁੰਦਰ ਭੋਜਨ ਛਕਿਆ ਜੀ ਗਏ ਤਲਪ ਪਰ ਮਿਰਦਲ ਵਿਸਾਲਾ ਤਨ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਆਪਣੇ ਆਸਣ ਤੇ ਗਏ ਹਨ ਜਾਮਨ ਸਾ ਬੀਤੀ ਕੀ ਅਸਨ ਇੱਕ ਪਹਿਰ ਰਾਤ ਜਾਂਦੀ ਤੱਕ ਮੇਰੇ ਸਤਿਗੁਰੂ ਜੀ ਨੇ ਮਿਸਰਾਮ ਕੀਤਾ ਭਾਵਜਲ ਪਹਿਰ ਰਾਤ ਗੁਜਰ ਗਈ ਫਿਰ ਗੁਰੂ ਸਾਹਿਬ ਬਿਰਾਜਮਾਨ ਹੋਏ ਹਨ ਰਹੀ ਜਾਮ ਜਾਗੇ ਗੁਣਿਆਨ ਗੁਣਾ ਦੇ ਐਨ ਘਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਅੰਮ੍ਰਿਤ ਮੇਲ ਨੇ ਜਦੋਂ ਇੱਕ ਪਹਿਰ ਰਾਤ ਰਹਿ ਗਈ ਉਸ ਵੇਲੇ ਸਤਿਗੁਰੂ ਜੀ ਸਾਧਨ ਹੋਏ ਹਨ ਆਰਾਮ ਕਰਮ ਸੋਚ ਕੀਨ ਇਸਨਾਨ ਤੇ ਹੌਲੀ ਹੌਲੀ ਸਤਿਗੁਰੂ ਜੀ ਨੇ ਸਰੀਰ ਦੀ ਪਵਿੱਤਰਤਾ ਕਿਰਿਆ ਸਾਧ ਕੇ ਇਸ਼ਨਾਨ ਕੀਤਾ ਸਾਧ ਸੰਗਤ ਸਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੋ ਬਚਪਨ ਤੋਂ ਹੀ अवतार धारण ਤੋਂ ਹੀ ਇਹੀ ਮਰਜ਼ਾਦਾ ਬਣਾਈ ਹੈ ਕਿ ਅੰਮ੍ਰਿਤ ਵੇਲਾ ਜਿਹੜਾ ਹੈ ਪਹਿਰ ਰਾਤ ਤੋਂ ਜਾਗ ਪੈਣਾ ਹੈ ਪਹਿਰ ਰਾਤ ਜਾਂਦੀ ਤੱਕ ਮਹਾਰਾਜ Satsang ਕਰਨਾ ਤੇ ਫਿਰ ਦੋ ਪਹਿਰ ਰਾਤ ਬਰਾਜਣ ਲਈ 6 ਘੰਟੇ ਦਾ ਸਮਾਂ ਇਹ ਨਿਜਮ ਗੁਰੂ ਸਾਹਿਬ ਨੇ ਬਣਾਇਆ ਹੋਇਆ ਹੈ ਅਹਰੇ ਚੀਰ ਸਰੀਰ ਸੁਹਾਨ ਹਜੂਰ ਜੀ ਨੇ ਇਸ਼ਨਾਨ ਕਰਕੇ ਬੜੇ ਸੋਹਣੇ ਕੰਬਸਤਰ ਸਰੀਰ ਤੇ ਧਾਰਨ ਕੀਤੇ ਹਨ ਭਾਈ ਭੋਰ ਜਸ ਜਸ ਪਵਿੱਤਰਾ ਤਾਂ ਭਾਈ ਸਵੇਰ ਹੋਈ ਹੈ ਬੜਾ ਭਾਰੀ ਪਵਿੱਤਰ ਜਸ ਹੋਇਆ ਕੈਸੇ ਸੋਹਤ ਭਵਨ ਵਿਚਿ ਤਰਾ ਤਨ ਬੜੇ ਸੁੰਦਰ ਘਰ ਵਿੱਚ ਬੈਠੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਮਾਤਾ ਜੀ ਦੇ ਕੋਲ ਫਬਰ ਰਹੇ ਨੇ ਇਹ ਬੁਲਾਏ ਪ੍ਰੋਦਾ ਹਰ ਦਿਆਲਾ ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਕੀਤੀਆਂ ਨੇ ਹੁਣ ਗਏ ਨੇ ਕਾਫੀ ਧੀਰ ਤੋਂ ਬਾਅਦ ਹੁਣ ਹਜ਼ੂਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੋ ਆਪਣੇ ਪ੍ਰੋਹਤ ਨੂੰ ਹਜੂਰ ਜੀ ਨੇ ਬੁਲਾਇਆ ਕੋਲ ਸ਼੍ਰੀਮਖ ਬੋਲੇ ਗिरा ਰਸਾਲਾ ਮੇਰੇ ਸਤਿਗੁਰੂ ਪਾਤਸ਼ਾ ਸੁਭਾਏ ਮਨ ਮੁਖ ਤੋਂ ਬੜੀ ਸੁੰਦਰ ਬਾਣੀ ਹਰदयाल ਪ੍ਰੋਹਤ ਜੀ ਨੂੰ ਕਹਿੰਦੇ ਹਨ ਜੱਜ ਜੱਜ ਹੋ ਜੋ ਮਨ ਮੈਂ ਹੋਏ ਲਾਲਸ ਹਜੂਰ ਪਾਤਸ਼ਾ ਕਹਿੰਦੇ ਨੇ ਸੋ ਪ੍ਰੋਹਤ ਜੀ ਕਿਉਂਕਿ ਇਸ ਨੇ ਸਹਿਬ ਗੁਰੂ ਨਾਨਕ ਪਾਤਸ਼ਾ ਜੀ ਦਾ ਜਿਸ ਵੇਲੇ ਅਵਤਾਰ ਹੋਇਆ ਸੀ ਉਦੋਂ ਇਸ ਨੇ ਜਾ ਕੇ ਦਰਸ਼ਨ ਕੀਤੇ ਸਨ ਔਰ ਮਨ ਦੇ ਵਿੱਚ ਇਸ ਨੇ ਇਹ ਸ਼ਰਧਾ ਧਾਰ ਕੇ ਬੇਨਤੀਆਂ ਕੀਤੀਆਂ ਸਨ ਕਿ ਨਿਸ਼ਚਾ ਹੈ ਕਿ ਅਵਤਾਰ ਆਏ ਨੇ ਦੁਨੀਆ ਨੂੰ ਤਾਰਨ ਵਾਸਤੇ ਇਹ ਸਰੂਪ ਤੇ ਮਨ 'ਚ ਵਿਚਾਰ ਸੀ ਮੇਰਾ ਸਰੀਰ ਬਜ਼ੁਰਗ ਹੈ ਜਦੋਂ ਤੱਕ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆ ਨੂੰ ਤਾਰਨਾ ਹੈ ਕਿਸ਼ੋਰ ਅਵਸਥਾ ਤੱਕ ਉਦੋਂ ਤੱਕ ਮੇਰਾ ਸਰੀਰ ਰਹਿ ਜਾਵੇ ਤੇ ਮੈਂ ਗੁਰੂ ਸਾਹਿਬ ਨੂੰ ਬੇਨਤੀਆਂ ਕਰਕੇ ਭਵਜਲ ਤੋਂ ਪਾਰ ਹੋਣ ਵਾਸਤੇ ਗੁਰੂ ਤੋਂ ਬਖਸ਼ਿਸ਼ ਮੰਗਾ ਤਾਂ ਉਹ ਸਮਾਂ ਇਸ ਦਾ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਦਾ ਤਾਰ ਜੀ ਨੇ ਰਹਿਮਤ ਕੀਤੀ ਕੋਲ ਬੁਲਾ ਕੇ ਪੁੱਛਿਆ ਹੈ ਕਹਿੰਦੇ ਪ੍ਰੋਹਤ ਜੀ ਭਈ ਮੰਗ ਜੋ ਮੰਗਣਾ ਉਚਾਰਨ ਕਰੀਏ ਸਤਨਾਮ ਸ੍ਰੀ ਧੰਨ ਮੇਰੇ ਸ਼ਹਿਨਸ਼ਾ ਪਿਤਾ ਗਰੀਬਨਵਾਜ ਜਦੋਂ ਤਰੁੱਠਦੇ ਨੇ ਤੇ ਸੇਵਕ ਨੂੰ ਹਜੂਰ ਹੁਕਮ ਕਰਦੇ ਵੀ ਜੋ ਚਾਹੁੰਦਾ ਤੂੰ ਮੰਗ ਲੈ satsang ਉਸ ਸਮੇਂ ਦਾ ਜਿਹੜਾ ਆਨੰਦ ਤੇ ਖੁਸ਼ੀ ਹੈ ਨਾ ਬਿਆਨ ਨਹੀਂ ਹੋ ਸਕਦੀ ਹੈ ਇਹੋ ਅਬੇ ਸੋ ਕਰੋ ਨਾ ਆਲਸ ਹਜੂਰ ਕਹਿੰਦੇ ਪ੍ਰੋਹਤ ਜੀ ਲੈ ਹੁਣ ਆਲਸ ਨਾ ਕਰ ਦਲੇਦਰ ਨਾ ਕਰ ਜੋ ਚਾਹੁੰਦਾ ਹੈ ਲੈਲਾ ਭਾਈ ਸਾਡੇ ਕੋਲੋਂ ਤੂੰ ਬੋਲਿਓ ਤੇਜ ਹਰਦਿਆਲ ਪ੍ਰਬੀਨਾ ਭਾਈ ਇਹ ਹਰਦਿਆਲ ਪ੍ਰੋਹਤ ਸਿਆਣਾ ਸੀ ਇਸ ਵਾਸਤੇ ਬੋਲਿਆ ਕਹਿੰਦਾ ਹੈ ਬੇਨਤੀ ਕਰਦਾ ਹੈ ਆਦ ਰੂਪ ਤਮ ਦਾਨੀ ਦੀਨਾ اے ਮਹਾਰਾਜ ਤੁਸੀਂ ਆਦ ਰੂਪ ਹੋ ਭਾਵ ਸ੍ਰਿਸ਼ਟੀ ਦੇ ਮੁੱਢ ਵਾਲੇ ਰੂਪ ਤੁਸੀਂ ਪਰਮੇਸ਼ਰ ਹੋ ਫਿਰ ਤੁਸੀਂ ਗਰੀਬਾਂ ਨੂੰ ਦੀਨਾਂ ਨੂੰ ਦਾਨ ਦੇਣ ਵਾਲੇ ਹੋ ਹਰਾਵਰ ਜਤੀ ਲਖਾਵਨ ਕੀਨੀ اے ਗਰੀਬਨਵਾਜ ਪਾਤਸ਼ਾ ਜਿਤਨੀ ਆਪ ਜੀ ਨੇ ਬਖਸ਼ਿਸ਼ ਕਰਕੇ ਮੈਨੂੰ ਦੁਖਾਵਨਾ ਕੀਤੀ ਐ ਤੇਤੀ ਮਹਿਮਾ ਮੈਂ ਲਖ ਦੀਨੀ اے ਗਰੀਬਨਵਾਜ ਜਿਤਨੀ ਕੁ ਤੁਸੀਂ ਨੇ ਮੈਨੂੰ ਜਣਾਈ ਉਤਨੀ ਕੁ ਮੈਂ ਤੁਹਾਡੀ ਮਹਿਮਾ ਜਾਣ ਲਈ ਮੈਂ ਪਛਾਣ ਲਿਆ ਤੁਸੀਂ ਆਦ ਰੂਪ ਤੇ ਗਰੀਬਾਂ ਦੀਨਾਂ ਨੂੰ दान ਦੇਣ ਵਾਲੇ ਸਮਰੱਥ ਉਹ ਮਹਾਰਾਜ ਜਿੰਨੀ ਜਣਾਈ ਉਤਨੀਕ ਤੁਹਾਡੀ ਮਹਿਮਾਨ ਮੈਂ ਸਮਝਿਆ ਹਾਂ ਅਪਰਨਰਨ ਸੀ ਮਤ ਮੋਜ ਮਾ ਨਹੀਂ ਆਮ ਲੋਕਾਂ ਵਰਗੀ ਮਹਾਰਾਜ ਮੇਰੀ ਮਤ ਨਹੀਂ ਹੈ ਤੁਹਾਡੀ ਕਿਰਪਾ ਨਾਲ ਧਰਹਿ ਜੇ ਭਾਵਨ ਨਾਰ ਤਵ ਨਹੀਂ ਗਰੀਬਨ ਵਾ ਸੱਚੇ ਪਾਤਸ਼ਾਹ ਜਿਹੜੇ ਭਾਵਨਾ ਧਾਰਨ ਕਰਦੇ ਹਨ ਮਨੁੱਖ ਉਹੋ ਜੇ ਮੇਰੀ ਬਿਰਤੀ ਨਹੀਂ ਹੈ ਕਾਰਨ ਕਰਜ ਕੋ ਆਧਾਰਾ ਮੈਂ ਕੀ ਸਮਝਿਆ ਗੁਰੂ ਨਾਨਕ ਮਹਾਰਾਜ ਕਾਰਨ ਤੇ ਕਰਜ ਕਰਜ ਕੀ ਹੈ ਕੰਮ ਕਾਰਨ ਕੀ ਹੈ ਵੀ ਕਿੱਥੋਂ ਪੈਦਾ ਹੋਇਆ ਕਾਰਜ ਕੀ ਹੈ ਸੰਸਾਰ ਕਾਰਨ ਕੀ ਹੈ ਕਿਦਾਂ ਪੈਦਾ ਹੋਇਆ ਮਹਾਰਾਜ ਉਹ ਤੁਹਾਡੀ ਇੱਛਾ ਹੈ ਮੈਂ ਇਸ ਗੱਲ ਨੂੰ ਸਮਝਿਆ ਹਾਂ ਸਭ ਕੋ ਕਰਤਾ ਜਿਤਿਓ ਪਸਾਰਾ ਆ ਜਿੰਨਾ ਪਸਾਰਾ ਹੈ ਨਾ ਸ੍ਰਿਸ਼ਟੀ ਦਾ ਇਹ ਸਾਰੀ ਦਾ ਜੋ ਕਰਤਾ ਹੈ ਪਰਮੇਸ਼ਰ ਪਾਰ ਬ੍ਰਹਮ ਪੁਰਾਤਨ ਜਿਸ ਨੂੰ ਕਿਹਾ ਜਾਂਦਾ ਪਰਮੇਸ਼ਰ ਜਿਸ ਨੂੰ ਕਿਹਾ ਜਾਂਦਾ ਪਾਰਮ ਬ੍ਰਹਮ ਸਭ ਤੋਂ ਪੁਰਾਤਨ ਜੋ ਪ੍ਰਾਣਾ ਸਰੂਪ ਕਿਹਾ ਜਾਂਦਾ ਹੈ ਪਰਮ ਪਰਾਵਰਨਾਥ ਸਨਾਤਨ ਤੋ ਸਨਾਤਨ ਪ੍ਰਾਣੇ ਤੋਂ ਪ੍ਰਾਣਾ ਨਵੇਂ ਤੋਂ ਨਵ ਪਰਮ ਪਰਾਵਰਨਾਥ ਪਵ ਸਭ ਪੂਜਨਿਕਾਂ ਦੇ ਵੱਡੇ ਪੂਜਨਿਕ ਜੋ ਐਸਾ ਸਰੂਪ ਹੈ ਇਹ ਸਤ ਅਨੰਦਾ ਮੁਕੰਦਾ ਤੇ ਉਹ ਜਿਸ ਨੂੰ ਕਿਹਾ ਸਤ ਚੇਤਨ ਆਨੰਦ ਤੇ ਮੁਕਤੀ ਦਾਤਾ ਇਹ ਜੋ ਪਰਮੇਸ਼ਰ ਦਾ ਰੂਪ ਹੈ ਜੀ ਤਵ ਲੀਲਾ ਭਗਤਾਂ ਨੂੰ ਸੁਖ ਕੰਦਾ ਉਹ ਤੁਸੀਂ ਸਰੂਪ ਹੋ ਆ ਜਿਹੜੀ ਤੁਸੀਂ ਲੀਲਾ ਕਰ ਰਹੇ ਹੋ ਇਹ ਮਹਾਰਾਜ ਭਗਤਾਂ ਨੂੰ ਸੁਖ ਦੇਣ ਵਾਸਤੇ ਹੈ ਹਿਗਰੀ ਬਨਵਾਜ ਪਾਤਸ਼ਾਹ ਜੀ ਤੁਹਾਡੀ ਲੀਲਾ ਭਗਤਾਂ ਨੂੰ ਸੁਖ ਦੇਣ ਵਾਲੀ ਹੈ ਜੀ ਚੱਕੇ ਪਵੀਤ ਜਬ ਤਮ ਦੀਨੋ ਤੁਮ ਜਦੋਂ ਤੋਂ ਹੁਣ ਪ੍ਰੋਹਤ ਕਹਿੰਦਾ ਜਦੋਂ ਗਰੀਬ ਰਾਜ ਮੈਂ ਤੁਹਾਨੂੰ ਜੰਨੂ ਪਾਉਣ ਆਇਆ ਸੀ ਪਰ ਜਿਹੜਾ ਗਿਆਨ ਦਾ ਜੰਨੂ ਤੁਸਾਂ ਨੇ ਮੈਨੂੰ ਦਿੱਤਾ ਹੈ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜੋ ਦਇਆ ਸੰਤੋਖ ਜਤ ਤੇ ਸਤ ਦਾ ਜੰਨੂ ਜਿਹੜਾ ਮੈਨੂੰ ਤੁਸੀਂ ਬਖਸ਼ਿਆ ਸੀ ਸਭ ਕੋ ਮਮ ਮਨ ਇਸਤਕੀਨੋ ਉਦੋਂ ਦਾ ਮੇਰਾ ਮਨ ਤੁਸੀਂ ਮਹਾਰਾ ਇਸ ਤੇ ਟਿਕਾ ਕਰ ਦਿੱਤਾ ਮੇਰੇ ਮਨ ਨੂੰ ਟਿਕਾ ਦਿੱਤਾ ਤੁਸੀਂ ਉਦੋਂ ਇਹ ਬਚਨ ਕਰਕੇ ਚਾਹ ਭਈ ਸਰਬ ਲਾਲਸਾ ਭੀ ਔਰ ਪੂਰੀ ਗਰੀਬ ਬਨਵਾਜ ਮੇਰੇ ਮਨ ਦੀ ਜੋ ਵੀ ਲਾਲਸਾ ਇੱਛਾ ਸੀ ਉਹ ਤੇ ਤੁਸੀਂ ਉਦੋਂ ਦੀ ਪੂਰੀ ਕਰ ਦਿੱਤੀ ਹੋਈ ਮਹਾਰਾ ਨੇ ਕਿਹਾ ਮੰਗ ਕੀ ਮੰਗਦਾ ਕਹਿੰਦੇ ਮੇਰੇ ਮਨ ਦੀ ਤਾਂ ਖਾਸ਼ ਜੋ ਇੱਛਾ ਸੀ ਉਦੋਂ ਦੀ ਪੂਰੀ ਕਰਤੀ ਜਦੋਂ ਤੁਸਾਂ ਗਿਆਨ ਦਾ ਜਨੇਊ ਮੈਨੂੰ ਪਹਿਰਾ ਦਿੱਤਾ ਜੀ ਦੇਖੀ ਮੈਂ ਲੀਲਾ ਤੁਮ ਰੂਰੀ ਮਹਾਰਾਜ ਮੈਂ ਤੁਹਾਡੀ ਲੀਲਾ ਜੜੀ ਹੈ ਤੋਂ ਤੁਹਾਡੇ ਕੌਤਕ ਨੇ ਗਰੀਬ ਨੂੰ ਆਜ ਬੜੀ ਸੁੰਦਰ ਲੀਲਾ ਤੁਹਾਡੀ ਮੈਂ ਦੇਖੀ ਹੈ ਬਿਰਧ ਤੇ ਬੈਸ ਬਾਪ ਭਾ ਬਲਹੀਨਾ ਹੁਣ ਮਹਾਰਾਜ ਮੇਰਾ ਸਰੀਰ ਬਿਰਧ ਹੋ ਗਿਆ ਹੁਣ ਸਰੀਰ ਵਿੱਚ ਤਾਕਤ ਨਹੀਂ ਰਹੀ ਹੈ। ਭਗਤੀ ਜੈ ਮੁਝ ਮੋਖ ਪਰਬੀਨਾ। ਏ ਅੰਤਰਜਾਮੀ ਸਤਿਗੁਰੂ ਨਾਨਕ ਸਾਹਿਬ ਹੁਣ ਕਿਰਪਾ ਕਰੋ ਤਰੁੱਠੇ ਹੂੰ ਮੈਨੂੰ ਮੁਕਤੀ ਦੇ ਦਿਓ। ਹੁਣ ਮੇਰਾ ਬਹੁਰ ਨਾ ਹੋਏਗੋ ਫੇਰਾ। ਸੋ ਮੈਨੂੰ ਮੁੜ ਕੇ ਦੁਨੀਆਂ ਚ ਫੇਰਾ ਨਾ ਪਵੇ ਨਾ ਜਨਮ ਹੋਵੇ ਨਾ ਮੇਰਾ ਮਰਨ ਹੋਵੇ। ਭਗਤ ਮਿਲੀ ਬਾਣੀ ਸੁਨ ਕਾਨ। ਇਹ ਭਗਤੀ ਦੇ ਸਹਿਤ ਸਰਦਾ ਵਿਸ਼ਵਾਸ ਵਾਲੀ ਬਾਣੀ ਸੁਣ ਕਰਕੇ ਪ੍ਰੋਹਤ ਦੀ ਸਤਿਗੁਰਾਂ ਨੇ ਹੱਸ ਬੋਲੇ ਸ੍ਰੀ ਕਿਰਪਾ ਨਿਧਾਨ ਤਾਂ ਮੇਰੇ ਸਤਿਗੁਰੂ ਪਰਮੇਸ਼ਰ ਰੂਪ ਹੱਸ ਪਏ ਤੇ ਗਰੀਬ ਨਿਵਾਜ ਕਿਰਪਾ ਦੇ ਖਜ਼ਾਨੇ ਬੋਲ ਕੇ ਕਹਿੰਦੇ ਨੇ ਧਨ ਬਿપર ਵਰ ਬੁੱਧ ਤੁਮਾਰੀ ਕਹਿੰਦੇ ਧਨ ਹੋ ਬਿપર ਬ੍ਰਾਹਮਣ ਜੀ ਭਈ ਧਨ ਤੁਹਾਡੀ ਸੋਚ ਤੁਹਾਡੀ ਬੁੱਧੀ ਪਵਿੱਤਰ ਹੈ ਧਨ ਹੋ ਮੈਂ ਕੀ ਸੁਰਤ ਵਿਸਾਰੀ ਤੁਸਾਂ ਨੇ ਆਪਣੇ ਸਰੀਰ ਦੀ ਹੋ ਮੰਦੀ ਜਣੀ ਬੁੱਧੀ ਉਸ ਨੂੰ ਨਿਵਰਤ ਕੀਤਾ ਤੁਸੀਂ ਹੋਮੈ ਤੋਂ ਰਹਿਤ ਹੋਏ ਹੋਏ ਕਿੰਚਤ ਗਹਿਰੀ ਬਿਆਸ ਸਰੀਰਾ ਤੋ ਕਹਿਣ ਲੱਗਿਆ ਹਜੂਰ ਕਹਿੰਦੇ ਨੇ ਥੋੜੇ ਦਿਨ ਕਿੰਚਕ ਦੇਣ ਥੋੜੇ ਕੁ ਦਿਨ ਤੁਹਾਡੀ ਹੋਰ ਜਿਹੜੀ ਅਵਸਥਾ ਰਹਿੰਦੀ ਹੈ ਹਲੇ ਤਨ ਅਪਵਗ ਅਵਰਗ ਅਪਵਰਗ ਪਾਏ ਮਤ ਧੀਰਾ ਧੀਰਜ ਧਾਰੀ ਮਤ ਵਾਲੇ ਤੁਸੀਂ ਕਹਿੰਦੇ ਨੇ ਅਪਵਰਗ ਮੁਕਤੀ ਪ੍ਰਾਪਤ ਕਰੋਗੇ ਥੋੜੇ ਦਿਨ ਤੁਹਾਡੀ ਪ੍ਰਾਰਭਤ ਹੋ ਰਹਾ ਜਿਉਂ ਸ਼੍ਰੀਕ ਗਾਜ ਤਾਜ ਕੀ ਬਿਨ ਸ਼ੋਕੋ ਸੋ ਕਹਿੰਦੇ ਜਿਸ ਤਰੀਕੇ ਦੇ ਨਾਲ ਜਿਹੜਾ ਹਾਥੀ ਹੈ ਉਹਦੇ ਗਲ ਵਿੱਚ ਮਾਲਾ ਪਾਈ ਹੋਵੇ ਫੁੱਲਾਂ ਦੀ ਤੇ ਹਾਥੀ ਜਿਸ ਵੇਲੇ ਗਲ ਵਿੱਚੋਂ ਮਾਲਾ ਲਾਉਂਦਾ ਹੈ ਹੁਣ ਉਹਦਾ ਕੋਈ ਮੋਤਾ ਯਤਨ ਨਹੀਂ ਕਰਨਾ ਪੈਂਦਾ ਕਹਿੰਦੇ ਇਸ ਤਰ੍ਹਾਂ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਗਲ ਦੇ ਵਿੱਚੋਂ ਲਾਹ ਦੇਵੇ ਜਾਂ ਤੋੜ ਦੇਵੇ ਇਸ ਤਰੀਕੇ ਦੇ ਨਾਲ ਤੁਸੀਂ ਸੰਸਾਰ ਤੋਂ ਮੁਕਤ ਹੋ ਜਾਵੋਗੇ ਕਿਉਂ ਤਨ ਤਜ ਗਮਨ ਹਰ ਲੋਕੋ یوں ਤੁਸੀਂ ਸਰੀਰ ਨੂੰ ਤਿਆ ਕੇ ਥੋੜੇ ਦਿਨਾਂ ਤੋਂ ਬਾਅਦ ਹਰੀ ਪਰਮੇਸ਼ਰ ਦੇ ਲੋਕ ਪਹੁੰਚ ਜਾਵੋਗੇ ਆਸ ਕਹਦੀਨੋ ਦਰਬਕਨੀਰਾ ਓ ਮਹਰ ਨੇ ਬਚਨ ਕਰਕੇ ਤੇ ਬਹੁਤ ਸਾਰਾ ਧੰਨ ਵੀ ਦਿੱਤਾ ਪ੍ਰਹੋਤ ਨੂੰ ਤੇ ਪਰ ਕਿਰਪਾ ਦ੍ਰਿਸ਼ਟ ਹੋਇਆ ਹੀਰਾ ਇਹ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਹੈ ਗयो ਗਿਆਨ ਨਿਜ ਰੂਪ ਪਛੰਨ ਹੁਣ ਇਹ ਸਤਿਗੁਰੂ ਨੇ ਬਖਸ਼ਿਸ਼ ਕੀਤੀ ਸੋ ਉਦੋਂ ਤਾਂ ਗਿਆਨ ਦਾ ਜੰਨੂ ਬਖਸ਼ਿਆ ਸੀ ਹੁਣ ਗਿਆਨ ਦਾ ਸਰੂਪ ਇਸ ਨੂੰ ਪ੍ਰਗਟ ਕਰ ਵਿਖਾਇਆ ਇਹ ਸਭ ਤੋਂ ਵੱਡੀ ਦਾਤ ਹੈ ਔਰ ਮਨੁੱਖ ਜਨਮ ਦਾ ਇਹ ਮਨੁੱਖ ਜਨਮ ਕਾ ਇਹੀ ਲਾਭ ਲਾਭ ਇਸ ਸਰੀਰ ਦਾ ਇਹ ਹੈ ਕਿ ਅਸੀਂ ਆਪਣੇ ਨਿੱਜ ਸਰੂਪ ਦੀ ਪਛਾਣ ਕਰ ਲਈਏ ਗੁਰੂ ਦਾ ਪੱਲਾ ਫੜ ਉਹ ਗੁਰੂ ਨੇ ਕਿਰਪਾ ਕਰ ਦਿੱਤੀ ਇਸ ਤੇ ਜੀਵ ਭਾਵ ਸਭ ਹੀ ਬਿਸਰਨ ਜਿਹੜਾ ਜੀਵ ਭਾਵ ਸੀ ਅਲਪਗ ਪੁਣਾ ਉਹ ਦੂਰ ਕਰ ਦਿੱਤਾ ਕਹੇ ਉਹ ਸਦਨ ਸੁਖ ਪਾਏ ਆ ਮੋਲਾ ਬੜੇ ਅਮੋਲਕ ਸੁਖ ਨੂੰ ਪਾ ਕੇ ਗੁਰੂ ਚਰਨਾਂ ਵਿੱਚੋਂ ਆਪਣੇ ਘਰ ਵਿੱਚ ਗਿਆ ਹੈ ਪ੍ਰੋਹਤ ਨਿਜ ਮਨ ਨਿਸ਼ਚਾਹ ਤੋਂ ਅਡੋਲਾ ਹੁਣ ਇਸ ਦੇ ਮਨ ਵਿੱਚ ਅਡੋਲ ਵਿਸ਼ਵਾਸ ਗੁਰੂ ਤੇ ਆਇਆ ਹੋਇਆ ਹੈ ਮਹਰੋ ਪਾਦਾ ਬੈਦ ਮਲਾਨ ਉਸ ਤੋਂ ਬਾਅਦ ਗੋਪਾਲ ਪਾਂਦਾ ਅਤੇ ਇਸ ਪ੍ਰਕਾਰ ਮੁੱਲਾ ਇਹ ਤੋਂ ਫਾਰਸੀ ਪੜਨ ਗਏ ਸੀ ਸਤਿਗੁਰੂ ਜੀ ਚਲ ਆਏ ਜਿੱਥੇ ਗਤਦੰਨ ਜਿੱਥੇ ਮੁਕਤੀ ਦਾਤਾ ਸਤਿਗੁਰੂ ਜੀ ਬੈਠੇ ਸਨ ਕਿਉਂਕਿ ਇਹਨਾਂ ਤੇ ਗੁਰੂ ਸਾਹਿਬ ਨੇ ਪਹਿਲਾਂ ਕਿਰਪਾ ਨਿਸ਼ਟੀ ਕੀਤੀ ਹੋਈ ਸੀ ਮਾਨੋ ਕਿ ਗੁਰੂ ਸਾਹਿਬ ਨੇ ਆਪਣੇ ਸਿੱਖ ਬਣਾਏ ਹੋਏ ਸਨ ਇਹ ਹੁਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਦਰਸ਼ਨ ਕਰਨ ਪਹੁੰਚੇ ਹਨ ਮਿਲਨ ਹੇਤ ਮਨ ਸੰਗ ਓ ਮੰਗਾ ਬੜੇ ਉਤਸ਼ਾਹ ਦੇ ਨਾਲ ਗੁਰੂ ਨਾਨਕ ਸਾਹਿਬ ਨੂੰ ਮਿਲਣ ਦਰਸ਼ਨ ਕਰਨ ਵਾਸਤੇ ਆਏ ਹਨ ਜਿਨ ਕੋ ਚੜਿਓ ਰੰਗ ਸਤ ਸੰਗਾ ਹੁਣ ਇਹਨਾਂ ਨੂੰ ਗੁਰੂ ਸਾਹਿਬ ਨੇ ਸਤ ਸੰਗਤ ਦਾ ਰੰਗ ਚਾੜਿਆ ਹੋਇਆ ਸੀ ਕਿਉਂਕਿ ਸੋ ਗੋਪਾਲ ਪਾਂਦੇ ਪ੍ਰਥਾਏ ਵੀ ਗੁਰੂ ਸਾਹਿਬ ਜੀ ਨੇ ਸੋ ਸ਼ਬਦ ਉਚਾਰਨ ਕਰਕੇ ਇਸ ਤੇ ਮਿਹਰ ਕੀਤੀ ਸੀ ਔਰ ਇਸ ਕਾਜੀ ਨੂਰਦੀਨ ਜਿਹੜਾ ਸੀ ਇਸ ਵਾਸਤੇ ਵੀ ਫਾਰਸੀ ਵਿੱਚ ਸ਼ਬਦ ਉਚਾਰਨ ਕਰਕੇ ਇਸ ਤੇ ਕਿਰਪਾ ਕੀਤੀ ਸੀ ਤੋ ਸਤਸੰਗਤ ਦਾ ਆਨੰਦ ਰੰਗ ਚਾੜਿਆ ਹੋਇਆ ਸੀ ਇਹਨਾਂ ਨੂੰ ਜਦੋਂ ਇਹਨਾਂ ਨੇ ਧੰਨ ਮਹਤਾ ਕਾਲੂ ਜੀ ਦੇ ਸੁਪੁੱਤਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਦਰਸ਼ਨ ਕੀਤਾ ਹੈ ਤਾਂ ਧਾਏ ਕਰੀ ਜੋਗ ਪਦ ਪਰਵੰਦਨ ਭਜ ਕੇ ਆ ਕੇ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਮਸ਼ਕਾਰ ਕੀਤੀ ਸਤਸੰਗ ਜੀ ਇਹ ਵਿਦਿਆ ਹੈ ਗੁਰੂ ਨਾਨਕ ਦੀ ਦੁਨਿਆਵੀ ਵਿਦਿਆ ਕਿਤਨੀ ਵੀ ਹੋਵੇ ਪਰ ਜਿਹੜੀ ਗੁਰੂ ਨਾਨਕ ਦੀ ਵਿਦਿਆ ਹੈ ਬ੍ਰਹਮ ਵਿਦਿਆ ਉਸ ਦਾ ਸਤਕਾਰ ਹੈ ਜਿਸ ਦੇ ਸਦਕੇ ਲੋਕ ਪ੍ਰਲੋਕ ਵਿੱਚ ਮਾਨ ਸਨਮਾਨ ਮਿਲਦਾ ਹੈ ਇਸ ਵਾਸਤੇ ਦੁਨੀਆਂ ਦੇ ਵਿਦਵਾਨ ਨੇ ਇਹ ਦੁਨੀਆਂ ਦੀ ਵਿਦਿਆ ਪੜਾਉਂਦੇ ਨੇ ਪਰ ਸਹਿਬ ਗੁਰੂ ਨਾਨਕ ਦੀ ਵਿਦਿਆ ਪ੍ਰਾਪਤ ਕੀਤੀ ਇਹਨਾਂ ਨੇ ਨਮਸਕਾਰ ਭਜ ਕੇ ਗੁਰਚਾਨਾ ਤੇ ਕੀਤੀ ਹੈ ਮੇਰ ਸਰੂਪ ਅਨੂਪਾ ਜੁਨਾ ਤਨ ਜੂਨਾ ਤੋ ਰਹਤ ਸ੍ਰੀ ਗੁਰੂ ਨਾਨਕ ਪਾਤਸ਼ਾਹੀ ਦੇ ਪਵਿੱਤਰ ਸਰੂਪ ਦਾ ਦਰਸ਼ਨ ਕਰਕੇ ਬੋਲ ਨਾ ਆਵ ਭਾਏ ਮੁਖ ਮੋਨਾ ਇਹ ਨਾ ਨੇ ਗੁਰੂ ਸਾਹਿਬ ਦੇ ਚਾਨਣ ਤੇ ਨਮਸਕਾਰ ਕੀਤੀ ਹਿਰਦੇ ਦਾ ਪਿਆਰ ਉਛਲਿਆ ਹੈ ਪਰ ਹੁਣ ਗਲਾ ਬੰਦ ਹੋ ਗਿਆ ਬੋਲ ਨਹੀਂ ਹੁੰਦਾ ਇਹਨੂੰ ਕਹੀਦਾ ਗਦਗਦ ਬਾਣੀ ਪ੍ਰੇਮ ਦੇ ਨਾਲ ਕੰਠ ਰੁਕ ਜਾਣਾ ਐਸੇ ਕਿਉਂਕਿ ਮਾਲਕ ਜੀ ਮਹਾਨ ਦਾਤੇ ਹਨ ਇਸ ਲਈ ਗੁਰੂ ਦੀਆਂ ਬਖਸ਼ਿਸ਼ਾਂ ਗੁਰੂ ਦਾ ਦਰਸ਼ਨ ਕਰਕੇ ਬਖਸ਼ਿਸ਼ਾਂ ਤੋਂ ਪ੍ਰਭਾਵਿਤ ਹੋ ਇਤਨੀ ਮਨ ਵਿੱਚ ਖੁਸ਼ੀ ਉਛਲੀ ਹੈ ਕਿ ਗਲਾ ਰੁਕ ਗਿਆ ਹੈ ਤੋਂ ਆਪਣਾ ਅੱਖਾਂ ਦੇ ਵਿੱਚ ਜਲਸ਼ ਆ ਗਿਆ ਹੈ ਦਰਸ਼ਨ ਕਰਕੇ ਨਿਹਾਲ ਹੋ ਰਹੇ ਹਨ ਕਮਲ ਨੈਣ ਸਨਮਾਨ ਬਸਾਈ ਤਨ ਸਹਿਬ ਗੁਰੂ ਨਾਨਕ ਸਾਹਿਬ ਨੇ ਸਤਕਾਰ ਕੀਤਾ ਸਾਥ ਬੜੇ ਸਨਮਾਨ ਸਤਕਾਰ ਦੇ ਨਾਲ ਆਪਣੇ ਕੋਲ ਇਹਨਾਂ ਨੂੰ ਬਿਠਾਇਆ ਹੈ। ਉਸ ਲਬੂ ਜਨੇ ਬੈਨ ਸੁਨਾਏ। ਹਜੂਰ ਪਾਤਸ਼ਾਹ ਸੁਖ ਸ਼ਾਂਤ ਪੁੱਛਣ ਵਾਸਤੇ। ਸੋ ਇਹਨਾਂ ਨੇ ਸਰੀਰ ਦੀ ਸੁਖ ਸ਼ਾਂਤੀ ਪੁੱਛਣ ਲਈ ਬਚਨ ਕੀਤਾ। ਘਰ ਧੀਰਜ ਬੋਲੇ ਮੁਖ ਬਾਣੀ। ਸੋ ਕੁਝ ਸਮੇਂ ਤੋਂ ਬਾਅਦ ਧੀਰਜ ਧਾਰ ਕੇ ਸਾਹਿਬ ਗੁਰੂ ਨਾਲ ਨਾਲ ਬਚਨ ਕਰਦੇ ਗੁਰੂ ਸਾਹਿਬ ਨਾਲ। ਬਾਤ ਰਚਨਾ ਸੁਠ ਉਸਤਤ ਠਾਨੀ। ਤੋਂ ਬਹੁਤ ਸੁੰਦਰ ਬਚਨਾਂ ਦੇ ਨਾਲ ਵਿਦਵਾਨ ਸਨ। ਬੜੇ ਸੁੰਦਰ ਸ਼ਬਦਾਂ ਦੇ ਵਿੱਚ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਸਤਤੀ ਕੀਤੀ ਇਹਨਾਂ ਦੋਹਾਂ ਨੇ ਸਿੰਧ ਹਉਤਾਸਨ ਕਰੀ ਕਾਲ ਕਲੀ ਕੋ ਮਹਾਰਾਜ ਇਹ ਸੰਸਾਰ ਸਿੰਧ ਹਉਤਾਸਨ ਅੱਗ ਦਾ ਜੋ ਸਮੁੰਦਰ ਹੈ ਫਿਰ ਕਲੀ ਕਲਯੁਗ ਦਾ ਇਹ ਸਮਾਂ ਜੋ ਕਲਪਨਾ ਦਾ ਕਾਲ ਹੈ ਇਹਦੇ ਵਿੱਚ ਮਹਾਰਾਜ ਤੁਸੀਂ ਹਤ ਪਰ ਚੰਡ ਇਸ ਤਰਹਿ ਬਲੀ ਕੋ ਇਹ ਜਿਹੜਾ ਐਹੋ ਜਿਹਾ ਅੱਗ ਦਾ ਸਮੁੰਦਰ ਕਲਯੁਗ ਦਾ ਸਮਾਂ ਸੰਸਾਰ ਇਸ ਨੂੰ ਕੋਈ ਮੋਹ ਤਾਂ ਹੀ ਬਲੀ ਜਿਹੜਾ ਮਹਾਰਾਜ ਉਹ ਹੀ ਤਰ ਸਕਦਾ ਹੈ ਜੀ ਜੀਵ ਪਰੇ ਦਜ ਦਜ ਦੁਖ ਪਾਈ ਇਹ ਦੇ ਵਿੱਚ ਪਏ ਹੋਏ ਜੀਵ ਜਿਹੜੇ ਪੈ ਪੈ ਕੇ ਛੜਦੇ ਹਨ ਉੱਬਰ ਨਾ ਸਕਹਿ ਨਾ ਪਾਏ ਉਪਾਈ ਨਾ ਕੋਈ ਯਤਨ ਪ੍ਰਾਪਤ ਕਰਦੇ ਨਾ ਕੋਈ ਇਹਦੇ ਵਿੱਚੋਂ ਬਚ ਸਕਦਾ ਹੈ ਦੁਖੀ ਹੋ ਰਹੇ ਹਨ ਗੁਬਨ ਤਾਂ ਹੀਤ ਸੀਤ ਤਹ ਭਾਰਾ ਏਗਨੀ ਬਨਵਾਜ ਤੁਸੀਂ ਦੀਨਾਂ ਗਰੀਬਾਂ ਜੀਵਾਂ ਵਾਸਤੇ ਪਰ ਉਹ ਤਾਰੇ ਨਹੀਂ ਸੋ ਇਸ ਪਵਜਲ ਤੋਂ ਤਰਨ ਵਾਸਤੇ ਸੋਨਾ ਪੁਲ ਬੰਨਣ ਵਾਸਤੇ ਆਪ ਜੀ ਨੇ ਰੇਪਾ ਧਾਰ ਲੀਨੋ ਇਹ ਅਵਤਾਰ ਆ ਆਪ ਜੀ ਨੇ ਜੋ ਸਰੂਪ ਧਾਰਨ ਕੀਤਾ ਨਾ ਇਹ ਜੀਵਾਂ ਨੂੰ ਭਵਜਲ ਤੋਂ ਤਾਰ ਨਹੀਂ ਸੋਨਾ ਪੁਲ ਬੰਧਣ ਵਾਸਤੇ ਤੁਸੀਂ ਆਏ ਹੋ ਚਰਨ ਕਰਮ ਸੁਭ ਤੇ ਜੋ ਤੁਛੇ ਇਸ ਪ੍ਰਕਾਰ ਜਿਹੜੇ ਸੋਹਣੇ ਸੁੰਦਰ ਆਪ ਜੀ ਦੇ ਚਰਨਾਂ ਕਮਲਾਂ ਤੋਂ ਖਾਲੀ ਹਨ ਜਿਹੜੇ ਇਸ ਪ੍ਰਕਾਰ ਭਗਤੀ ਭਾਵ ਤੋਂ ਲੋਚਨ ਸਮਤ ਹੈ ਤੇ ਔਰ ਸ਼ੂਸ਼ੇ ਜਿਹੜੇ ਇਸ ਪ੍ਰਕਾਰ ਗਿਆਨ ਰੂਪ ਨੇਤਰਾ ਤੋਂ ਸੋਹਣੀ ਮਤ ਤੋਂ ਤੋ ਭਾਵ ਕੇ ਮਨ ਤੇ ਬੁੱਧ ਸਵਛ ਨਹੀਂ ਜਣਾ ਦੀ ਉਸ ਤੋਂ ਜੋ ਖਾਲੀ ਹਨ ਸ਼ਮ ਦਮ ਜਿਨ ਕੇ ਕਾਰ ਨਾ ਸੰਗਾਰੇ ਜਿਨਾਂ ਦੇ ਸ਼ਮ ਤੇ ਦਮ ਰੂਪ ਹੱਥ ਨਹੀਂ ਹਨ ਭਾਵ ਸਮ ਕੀ ਹੈ ਮਨ ਦੀਆਂ ਬਾਸ਼ਨਾ ਰੋਕਣਾ ਦਮ ਕੀ ਹੈ ਤੋ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕਣਾ ਇਹ ਜਿਹਨਾਂ ਦੇ ਕੋਲ ਹੱਥ ਨਹੀਂ ਪਾਵੇ ਸਾਧਨ ਨਹੀਂ ਹਰ ਜਿਹਨਾਂ ਕੋਲ ਸੋ ਜਿਹ ਪਰ ਤਰ ਜਾਹੇ ਸੁਖਾਰੇ ਐਸਾ ਤੁਸੀਂ ਮਹਾਰਾਜ ਪਵਿੱਤਰ ਸੋ ਸਿੱਖਾਂ ਦਾ ਪੁਲ ਬੰਨਣ ਵਾਸਤੇ ਨਾਮ ਦਾ ਪੁਲ ਬੰਨਣ ਵਾਸਤੇ ਸਰੂਪ ਧਾਰਿਆ ਕਿ ਇਹ ਜਿਹੜੇ ਜੀਵ ਜਿਹੜੇ ਨੇ ਸੋ ਭੈ ਕੇ ਚਰਨ ਕਰ ਭਾਵਕੇ ਨਾ ਭੈ ਦੇ ਚਰਨ ਨੇ ਨਾ ਇਸ ਪ ਭਾਵਨਾ ਦੇ ਹੱਥ ਨਹੀਂ ਸ਼ਮ ਦਮ ਸਾਧਨ ਨਹੀਂ ਰੋਹਲਾ ਟੁੰਡਾ ਅੰਦਲਾ ਕੈਗਲ ਲੱਗੇ ਧਾਏ ਇਹੋ ਜਿਹੀ ਬੇਆਸਰਿਆਂ ਵਾਸਤੇ ਕਿ ਇਹ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਣ ਸੁੰਦਰ ਪੁਲ ਬਣਾਉਣ ਵਾਸਤੇ ਮਹਾਰਾਜ ਆਪਨੇ ਸਰੂਪ ਪ੍ਰਗਟ ਕੀਤਾ ਹੈ ਮਨ ਅਨੁਮਾਨ ਕਰਤ ਸਦ ਹਮ ਹੀ ਕਹਿੰਦੇ ਅਸੀਂ ਹਮੇਸ਼ਾ ਹੀ ਮਹਾਰਾਜ ਆਪਣੇ ਮਨ ਵਿੱਚ ਇਹੋ ਜਿਹੇ ਅੰਦਾਜ਼ੇ ਕਰਦੇ ਹਾਂ ਆਪ ਜੀ ਵਾਸਤੇ ਜਗਤ ਪ੍ਰਕਾਸ਼ ਕਰੋ ਕਬ ਤੁਮਹਿ ਤੇ ਅਸੀਂ ਇਹੋ ਹੀ ਚਾਹੁੰਦੇ ਸੀ ਕਦੋਂ ਮਹਾਰਾਜ ਪਰਮੇਸ਼ਵਰ ਦੇ ਜਸ ਦਾ ਪਰਮੇਸ਼ਵਰ ਦੇ ਨਾਮ ਦਾ ਕੀਰਤਨ ਦਾ ਪੁਲ ਕਦੋਂ ਬਣਾਉਗੇ ਸਰਾਵਰ ਪੂਰਨ ਕਲਾ ਸੰਕੋਚੀ ਅਸੀਂ ਜਾਣ ਲਿਆ ਕਹਿੰਦੇ ਮਹਾਰਾਜ ਤੁਸੀਂ ਪੂਰਨ ਕਲਾ ਦੇ ਵਿੱਚ ਹੋ ਭਾਵ ਪੂਰੀਆਂ ਸ਼ਕਤੀਆਂ ਸੰਪੰਨ ਹੋ ਪਰ ਤੁਸੀਂ ਇਤਨੀਆਂ ਮਹਾਨ ਸ਼ਕਤੀਆਂ ਨੂੰ ਆਪਣੇ ਵਿੱਚ ਸੰਕੋਚਿਆ ਹੋਇਆ ਹੈ ਮਹਾਰਾ ਸਮੋਇਆ ਹੋਇਆ ਹੈ ਜੋ ਪਰਦਾ ਪਾ ਕੇ ਰੱਖਿਆ ਹੋਇਆ ਹੈ ਜਿਨ ਲਖੇ ਜੇ ਜੀਵ ਜਿਨਹੇ ਮਤ ਪੋਚੀ ਤੋ ਉਹੀ ਜੀਵ ਜਾਣ ਸਕਦੇ ਨੇ ਜਿਨ੍ਹਾਂ ਦੀ ਮਤ ਪੋਚੀ ਪਵਿੱਤਰ ਤੁਸੀਂ ਕਰ ਦਿੱਤੀ ਹੈ ਤੁਹਾਡੇ ਗੁਰੂ ਨਾਨਕ ਸਾਹਿਬ ਐਸੇ ਪਾਵਨ ਸਰੂਪ ਨੂੰ ਉਹੀ ਸਮਝ ਸਕਦੇ ਹਨ ਇਸ ਪ੍ਰਕਾਰ ਕਹਿ ਕਰ ਬਚ ਲੋਨੇ ਐਹੋ ਜੇ ਲੋਨੇ ਸੁੰਦਰ ਬਚਨ ਕਰਕੇ ਇਹ ਹੁਣ ਮੁੱਲਾਂ ਨਹੀਂ ਤੇ ਪਾਉਂਦੇ ਨਹੀਂ ਸਹਿਬ ਸਤਿਗੁਰੂ ਗੁਰੂ ਨਾਨਕ ਮਹਾਰਾਜ ਦੇ ਅਦਬ ਵਿੱਚ ਬੜੇ ਸਿਆਣਪ ਦੇ ਨਾਲ ਬਚਨ ਕੀਤੇ ਹਨ ਪੀਤ ਰੂਪ ਜਨ ਲੋਚਨ ਡੋਨੇ ਤੇ ਸਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਪ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਇਉਂ ਨਹੀਂ ਦੇਖਿਆ ਕਬੀ ਜੀ ਦੱਸਦੇ ਨੇ ਕਿ ਗੁਰੂ ਨਾਨਕ ਦੇ ਪਵਿੱਤਰ ਸਰੂਪ ਦਾ ਦਰਸ਼ਨ ਅੰਮ੍ਰਿਤ ਜਾਣਦੇ ਨੇ ਤੇ ਗੁਰੂ ਸਾਹਿਬ ਦੇ ਬਚਨਾਂ ਰੂਪ ਅੰਮ੍ਰਿਤ ਨੂੰ ਕੰਨਾਂ ਨੂੰ ਪਡੂਨੀਆਂ ਨਾਲ ਪੀਰ ਭਾਵ ਸਾਹਿਬ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਵਿਸ਼ਵਾਸ ਸ਼ਰਧਾ ਦੇ ਨਾਲ ਅੰਮ੍ਰਿਤ ਨੂੰ ਜਾਣ ਕੇ ਕੰਨਾਂ ਨਾਲ ਸੁਣਦੇ ਹਨ ਮਿਲੇ ਆਏ ਪੁਨ ਬਾਲ ਸਖਾਈ ਇਸ ਤੋਂ ਬਾਅਦ ਨਿਹਾਲ ਕੀਤਾ ਇਹਨਾਂ ਨੂੰ ਫਿਰ ਜੋ ਬਾਲ ਸਖਾਈ ਮਿੱਤਰ ਬਚਪਨ ਵਿੱਚ ਗੁਰੂ ਸਾਹਿਬ ਨਾਲ ਖੇਡਣਾ ਖੇਲਦੇ ਸਨ ਜਿਨ੍ਹਾਂ ਨੂੰ ਖੇਲਾ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਕਥਾ ਸੁਣਾਇਆ ਕਰਦੇ ਸਨ ਮੁੱਠਾ ਕਰਕੇ ਗਲੀਆਂ ਵਿੱਚ ਹੀ ਉਹ ਪਿਆਰੇ ਸਖੇ ਮਿੱਤਰ ਆਏ ਪ੍ਰੇਮ ਵਾਲੇ ਮਿਲੇ ਭੌਤ ਅਰ ਸਦਨ ਸੁਧਾਈ ਤੋ ਬੜੀ ਭਾਵਨਾ ਦੇ ਪ੍ਰੇਮ ਦੇ ਸਹਿਤ ਆਣ ਕੇ ਮਿਲੇ ਹਨ ਫਿਰ ਘਰਾਂ ਨੂੰ ਗਏ ਹਨ ਜਿਨ੍ਹਾਂ ਮਨ ਭਗਤ ਵਿਖਿਆ ਸੁਖ ਪਾਏ ਜਿਨ੍ਹਾਂ ਦੇ ਮਨ ਵਿੱਚ ਭਗਤੀ ਗੁਰੂ ਨਾਨਕ ਨੇ ਪਾਈ ਹੋਈ ਹੈ ਬڑے ਸੋਹੰਬਾਂ ਵਾਲੇ ਜੀਵਨ ਹਨ ਉਹਨਾਂ ਦੇ ਮਿਲੇ ਆਣ ਪੁਨ ਬਾਲ ਸਖਾਈ ਤੋ ਬਾਲ ਸਖਾਈ ਮਿੱਤਰ ਬਚਪਨ ਵਾਲੇ ਆਣ ਕੇ ਮਿਲੇ ਹਨ ਕਹਤ ਪਰਸ ਪਰ ਅਧਕ ਵਡਾਈ ਹੁਣ ਆਪੋ ਵਿੱਚ ਗੁਰੂ ਦਾ ਦਰਸ਼ਨ ਕੀਤਾ ਹੈ ਹੁਣ ਆਪੋ ਵਿੱਚ ਮਿਲ ਕੇ ਬਹੁਤ ਗੁਰੂ ਨਾਨਕ ਦੀ ਵਡਿਆਈ ਆਖਦੇ ਹਨ ਪਰਮ ਪ੍ਰੇਮ ਮੈਂ ਮੋਦਨਾ ਥੋਰਾ ਬਈ ਵੱਡੇ ਗੁਰੂ ਨਾਨਕ ਦੇ ਪਿਆਰ ਦੇ ਵਿੱਚ ਹਨ ਕੋਈ ਥੋੜੀ ਮੋਦ ਆਨੰਦ ਖੁਸ਼ੀ ਕੋਈ ਥੋੜੀ ਨਹੀਂ ਬਹੁਤ ਖੁਸ਼ੀਮੰਦੇ ਦਰਸ਼ਨ ਕਰਕੇ ਇੱਕ ਟੱਕ ਦੇਖ ਰਹੇ ਮੁਖ ਓਰਾ ਤਾਂ ਲਗਾਤਾਰ ਸਾਹਿਬ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਮੁਖ ਨੂੰ ਲਗਾਤਾਰ ਦੇਖਦੇ ਦਰਸ਼ਨ ਕਰਦੇ ਹਨ ਵਿਆਸ ਬਿਤਾ ਵਹਿ ਬਾਸਰ ਪਾਸੂ ਇਸ ਪ੍ਰਕਾਰ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰ ਆਪਣੀ ਉਮਰ ਗੁਜ਼ਾਰੀ ਹੈ ਇਹਨਾਂ ਨੇ ਸੋ ਇਸ ਪ੍ਰਕਾਰ ਦਰਸ਼ਨ ਪਹਿਲਾਂ ਕੀਤੇ ਸਨ ਹੁਣ ਜਿਹੜੀ ਉਮਰ ਗੁਜ਼ਰੀ ਹੈ ਪਿੱਛੋਂ ਗੁਰੂ ਸਾਹਿਬ ਦੇੋਂ ਨਿਤ ਪ੍ਰਤ ਉਰਮ ਹੋਇ ਨਯੋ ਹਲਾਸ ਹੁਣ ਇਹਨਾਂ ਦੇ ਮਨ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬਚਨ ਯਾਦ ਕਰਕੇ ਨਿਤ ਨਮਾ ਹੁਲਾਸ ਆਨੰਦ ਪੈਦਾ ਹੁੰਦਾ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਸਦਕਾ ਜਾਬੇ ਦੀ ਲੀਲਾ ਸ੍ਰੀ ਜਗਨਨਾਥਾ ਭਾਈ ਇਸ ਤਰੀਕੇ ਦੇ ਨਾਲ ਸ਼ਰੋਮਣੀ ਜਗਤ ਦੇ नाथ ਸਵਾਮੀ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਇਸ ਤਰ੍ਹਾਂ ਦੀ ਲੀਲਾ ਹੈ ਜੀ ਕਿੰਨੀ ਤਲਵੰਡੀ ਸੁਖ ਸਾਥਾ ਬੜੇ ਸੁਖ ਦੇ ਨਾਲ ਗੁਰੂ ਸਾਹਿਬ ਨੇ ਤਲਵੰਡੀ ਦੇ ਵਿੱਚ ਇਹੋ ਜਿਹੀ ਲੀਲਾ ਕੌਤਕ ਕੀਤੇ ਬਖਸ਼ਿਸ਼ਾਂ ਕੀਤੀਆਂ ਹਨ ਸੁਦਾ ਕੀ ਤੁਰੰਗਨੀ ਸੀ ਰੋਗ ਭ੍ਰਮ ਭੰਗਨੀ ਹੈ ਤੋ ਕਵੀ ਜੀ ਨੇ ਇੱਥੇ ਸੋ ਇਹ ਧਿਆਏ ਜਿਹੜਾ ਹੈ ਪੂਰਾ ਕੀਤਾ ਹੈ ਹੁਣ ਜਿਸ ਵੇਲੇ ਵੀ ਧਿਆ ਅਗਲਾ ਸ਼ੁਰੂ ਕਰਦੇ ਨੇ ਤਾਂ ਪਹਿਲੇ ਸੋ ਮੰਗਲਾ ਚਰਨ ਕਰਦੇ ਹਨ ਤੋ ਲਗਾਤਾਰ ਪਹਿਲੇ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਦਸਾਂ ਗੁਰੂਆਂ ਤੱਕ ਮੰਗਲ ਕੀਤਾ ਹੈ ਇੱਕ ਇੱਕ ਮੰਗਲੇ ਇੱਕ ਧਿਆ ਦੇ ਸਿਰਲੇਖ ਦੇ ਵਿੱਚ ਹੁਣ ਧੰਨ ਸਤਿਗੁਰੂ ਗੁਰੂ ਗੰਗ ਸਾਹਿਬ ਮਹਾਰਾਜ ਦੇ ਰੱਬੀ ਬਾਣੀ ਦਾ ਮੰਗਲਾਚਾਰ ਕਰਦੇ ਹਨ ਗੁਰਬਾਣੀ ਦੀ ਉਸਤਤੀ ਕਵੀ ਸੰਤੋਖ ਸਿੰਘ ਜੀ ਦੀ ਕਲਮਤੋਂ ਹੈ ਤੋਂ ਪਿਆਰਪੂਰਵਕ ਸ਼ਰਮਣ ਕਰਦੇ ਹਾਂ ਕਹਿੰਦੇ ਨੇ ਸੁਦਾ ਕੀ ਤਰੰਗਨੀ ਸੀ ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਜੜੀ ਬਾਣੀ ਹੈ ਸੁਦਾ ਮੈਨੇ ਅੰਮ੍ਰਿਤ ਹੈ ਕਹਿੰਦੇ ਅੰਮ੍ਰਿਤ ਦੀ ਨਦੀ ਹੈ ਇਹ ਮਹਾਸਵੇਤ ਰੰਗਨੀ ਮਹਾਨ ਮਨ ਮਾਨੀ ਹੈ ਤੋਂ ਕਹਿੰਦੇ ਨੇ ਭਾਈ ਸੁਦਾ ਕੀ ਤਰੰਗਨੀ ਸੀ ਸੋ ਇਸ ਪ੍ਰਕਾਰ ਰੋਗ ਭ੍ਰਮਪੰਗਨੀ ਹੈ ਰੋਗ ਭ੍ਰਮਪੰਗਨੀ ਕਹਿੰਦੇ ਨੇ ਭਰ ਮੁਰੂਪ ਰੋਗ ਦੇ ਭੰਨਣ ਵਾਲੀ ਇਹ ਪਵਿੱਤਰ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੋ ਅੰਮ੍ਰਿਤ ਦੀ ਨਦੀ ਹੈ ਮਹਾ ਸਵੇਤ ਰੰਗਣੀ ਮਹਾਨ ਇਸ ਦਾ ਰੰਗ ਚਿੱਟਾ ਹੈ ਸੋ ਮਹਾਨ ਮਨਮਾਨੀ ਹੈ ਮ ਦੁਨੀਆ ਦੇ ਮਹਾਨ ਲੋਕਾਂ ਨੇ ਮਨ ਵਿੱਚ ਇਸ ਗੱਲ ਨੂੰ ਮੰਨਿਆ ਹੈ ਕਿ ਬਾਣੀ ਐਸੀ ਹੈ ਇਦੋਂ ਯਹ ਹੰਸਨੀ ਸੀ ਮਾਨਵ ਵਤੰਸਨੀ ਹੈ ਉਹ ਕਹਿੰਦੇ ਇਦੋਂ ਅਥਵਾ ਜਹ ਹੰਸਨੀ ਸੀ ਮਾਨੂ ਕਿ ਇਹ ਹੰਸ ਵਰਗੀ ਆ ਗੁਰਬਾਣੀ ਕਿਉਂ ਹੰਸ ਦਾ ਰੰਗ ਵਿੱਚ ਟਟਾ ਹੁੰਦਾ ਹੈ ਤੇ ਮਾਨਸ ਮਤੰਸਨੀ ਸੀ ਸੋ ਕਹਿੰਦੇ ਮਾਨਸ ਰੂਪਰ ਤੇ ਰਹਿਣ ਵਾਲੀ ਹੈ ਇਸ ਪ੍ਰਕਾਰ ਗੁਰਸਿੱਖਾਂ ਦੇ ਮਾਨਸ ਮਨ ਦੇ ਵਿੱਚ ਵਸਣ ਵਾਲੀ ਬਾਣੀ ਹੈ ਇਹ ਗੁਨੀਨ ਪ੍ਰਸੰਸਨੀ ਸਰਬਜਗਦਾਨੀ ਹੈ ਇਸ ਪ੍ਰਕਾਰ ਗੁਨੀਨ ਪ੍ਰਸੰਸਨੀ ਜਿੰਨੇ ਦੁਨੀਆਂ ਦੇ ਗੁਣੀ ਲੋਕ ਹੋਏ ਨੇ ਸਭਨਾ ਨੇ ਗੁਰੂ ਨਾਨਕ ਦੀ ਇਸ ਗੁਰਗੰਸਾਭ ਦੀ ਬਾਣੀ ਦਾ ਪ੍ਰਸ਼ੰਸਾ ਕੀਤੀ ਹੈ ਮਹਿਮਾ ਗਾਈ ਹੈ ਗੁਨੀਨ ਪ੍ਰਸੰਸਨੀ ਸੋ ਇਸ ਪ੍ਰਕਾਰ ਸਰਬਜਗ ਜਾਣੀ ਹੈ ਤੇ ਸਾਰੀ ਦੁਨੀਆ ਵਿੱਚ ਜਾਣੀ ਗਈ ਹੈ ਕਿ ਧੰ ਸਤਗੁਰਾਂ ਦੀ ਐਸੀ ਪਵਿੱਤਰ ਬਾਣੀ ਹੈ ਜਿਵੇਂ ਚੰਦ ਚੰਦਨੀ ਸੀ ਮੋਹ ਘਾਮ ਮੰਦਨੀ ਹੈ ਜਾਂ ਅਥਵਾ ਸਮਝੋ ਇਹ ਸਤਗੁਰੂ ਮਹਾਰਾਜ ਦੀ ਬਾਣੀ ਸੋ ਜਿਸ ਤਰੀਕੇ ਦੇ ਨਾਲ ਗਰਮੀ ਦੀ ਰੁੱਤ ਵਿੱਚ ਪੂਰਨਮਾਸ਼ੀ ਦੇ ਚੰਦਰਮਾ ਦੀ ਚਾਂਦਨੀ ਠੰਡ ਪਾਉਂਦੀ ਹੈ ਤੇ ਜਿਹੜੀ ਇਸ ਪ੍ਰਕਾਰ ਗਰਮੀ ਹੈ ਉਸ ਤੋਂ ਠੰਡ ਪਾਉਂਦੀ ਹੈ ਮੋਹ ਕਾਮ ਮੰਦਰੀ ਕਹਿੰਦੇ ਮੋਹ ਰੂਪ ਜੋ ਤਪਸ਼ ਹੈ ਉਸ ਨੂੰ ਸ਼ਾਂਤ ਕਰਨ ਵਾਲੀ ਇਹ ਸਤਿਗੁਰਾਂ ਦੀ ਪਵਿੱਤਰ ਬਾਣੀ ਚੰਦਰਮਾ ਦੀ ਚਾਨਣੀ ਵਰਗੀ ਹੈ ਕਹਿੰਦੇ ਤਾਂ ਕੀ ਅਨੰਦ ਨਿਸ ਦੀਵ ਸੁਖ ਦਾਨੀ ਹੈ ਸਦਾ ਹੀ ਸੁਖ ਦੇਣ ਵਾਲੀ ਤੇ ਹਿਰਦੇ ਨੂੰ ਅਨੰਦ ਦੇਣ ਵਾਲੀ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਨੂੰ ਆਨੰਦ ਦੇਣ ਵਾਲੀ ਸਤਿਗੁਰਾਂ ਦੀ ਬਾਣੀਆ ਕੁਰਬਾਨ ਜਾਈਏ ਕਵੀ ਜੀ ਤੋਂ ਕਿਉਂਕਿ ਇਹ ਵੀ ਟਕਸਾਲ ਦੇ ਵਿਦਿਆਰਥੀ ਹੋਏ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜੋ ਇਤਿਹਾਸ ਲਿਖ ਰਹੇ ਹਨ ਜੋ ਸਤਿਗੁਰੂ ਕਲਗੀਧਰ ਦੀ ਟਕਸਾਲ ਦੇ 6ਵੇਂ ਕਥਾਂ ਦੇ ਉੱਪਰ ਭਾਈ ਸੰਤ ਸਿੰਘ ਜੀ ਹੋਏ ਹਨ ਉਹਨਾਂ ਦੇ ਵਿਦਿਆਰਥੀ ਸਨ ਭਾਈ ਸਾਹਿਬ ਜੀ ਤੇ ਗੁਰੂ ਦੀ ਕਿਰਪਾ ਦੇ ਨਾਲ ਕਲਗੀਧਰ ਦੀ ਟਕਸਾਲ ਦੀ ਛੋ ਗੁਰਸਿੱਖੀ ਦਾ ਪਿਆਰ ਗੁਰਗੰਸਾਹਬ ਦੀ ਬਾਣੀ ਤੇ ਗੁਰੂਆਂ 'ਚ ਭਰੋਸਾ ਹੈ ਇਸ ਨੂੰ ਪ੍ਰੇਮ ਪਟ ਰਾਣੀ ਸਿਆਣੀ ਗਿਆਨ ਕੀ ਜਨਨ ਜਾਨੀ ਕਹਿੰਦੇ ਨੇ ਇਹ ਭਾਈ ਪ੍ਰੇਮ ਪਟ ਰਾਣੀ ਇਹ ਪ੍ਰੇਮ ਰੂਪ ਪਟਰਾਣੀ ਸਿਆਣੀ ਜਿਵੇਂ ਰਾਜੇ ਦੀ ਪਟਰਾਣੀ ਇਹ ਮਹਾਰਾਜ ਦੀ ਬਾਣੀ ਪਰਮੇਸ਼ਰ ਦੀ ਪਟਰਾਣੀ ਹੈ ਇਸ ਪ੍ਰਕਾਰ ਸਿਆਣੀ ਹੈ ਇਸ ਪ੍ਰਕਾਰ ਗਿਆਨ ਕੀ ਜਨਨ ਜਾਨੀ ਪਰਮੇਸ਼ਰ ਦੇ ਗਿਆਨ ਦੀ ਮਾਂ ਹੈ ਇਹ ਬਾਣੀ ਜਿਹੜਾ ਗੁਰੂ ਦੀ ਬਾਣੀ ਨਾਲ ਜੁੜ ਜਾਊਗਾ ਰੱਬ ਦਾ ਗਿਆਨ ਪ੍ਰਾਪਤ ਕਰੂਗਾ ਇਸ ਵਾਸਤੇ ਗਿਆਨ ਕੀ ਜਨਨ ਜਾਣੀ ਜਾਣੀ ਜਾਂਦੀ ਆ ਕਿ ਗਿਆਨ ਦੀ ਮਾਤਾ ਹੈ ਮਾਂ ਹੈ ਇਹ ਬਾਣੀ ਜੋ ਹੈ ਗੁਣੀ ਪਣੀ ਬਾਣੀ ਤਾਂ ਕੀ ਗੁਰੂ ਗੁਰ ਬਾਣੀ ਹੈ ਦੁਨੀਆ ਵਿੱਚ ਗੁਣੀਆਂ ਨੇ ਜਿੰਨੀਆਂ ਬਾਣੀਆਂ ਉਚਾਰਣ ਕੀਤੀਆਂ ਨੇ ਵੇਦ ਬਾਣੀ ਪੁਰਾਨ ਬਾਣੀ ਕੁਰਾਨ ਬਾਣੀ ਉਪਨਿਸ਼ਦਾਂ ਦੀ ਬਾਣੀ ਹੈ ਸ਼ਾਸਤਰਾਂ ਦੀ ਬਾਣੀ ઋਸ਼ੀਆਂ ਮੁਨੀਆਂ ਦੀ ਮੰਨੀ ਗਈ ਹੈ ਕਹਿੰਦੇ ਸਾਰੇ ਹੀ ਜਿੰਨੀਆਂ ਬਾਣੇ ਉਹਨਾਂ ਦੀ ਗੁਰੂ ਗੁਰ ਬਾਣੀ ਹੈ ਸਬਨਾ ਦੀ ਗੁਰੂ ਰੂਪ ਬਾਣੀ ਹੈ ਦੁਨੀਆਂ ਵਿੱਚ ਕਿਸੇ ਵੀ ਧਰਮ ਗ੍ਰੰਥ ਨੂੰ ਕਿਸੇ ਪੀਰ ਪੈਗੰਬਰ ਅਵਤਾਰ ਦੇ ਕਿਸੇ ਗ੍ਰੰਥ ਨੂੰ ਗੁਰੂ ਪਦਵੀ ਪ੍ਰਾਪਤ ਨਹੀਂ ਹੈ ਸਿਰਫ ਗੁਰੂ ਗੰਗ ਸਾਹਿਬ ਜੀ ਨੂੰ ਬਾਣੀ ਨੂੰ ਗੁਰੂ ਪਦਵੀ ਪ੍ਰਾਪਤ ਹੈ ਇਸ ਵਾਸਤੇ ਹੈ ਜਿਤਨੀਆਂ ਵੀ ਦੁਨੀਆਂ ਵਿੱਚ ਗੁਣੀਆਂ ਦੀਆਂ ਉਚਾਰਨ ਕੀਤੀਆਂ ਬਾਣੀਆਂ ਨੇ ਸਬਨਾ ਦੀ ਗੁਰੂ ਇਹ ਪਵਿੱਤਰ ਬਾਣੀ ਗੁਰੂ ਬਾਣੀ ਹੈ ਸ੍ਰੀ ਬਾਲਾ ਸੰਧਰਵਾਚ ਚੌਪਈ ਰਹਿਣ ਲੱਗੇ ਗਤ ਦਾਤਲ ਵੰਡੀ ਮੁਕਤੀ ਦਾਤਾ ਸਤਗੁਰੂ ਭਾਈ ਬਾਲਾ ਜੀ ਸੰਧੂ ਗੋਤਵਾਲੇ ਕਥਨ ਕਰਦੇ ਹਨ ਪ੍ਰਸੰਗ ਆਰੰਭ ਹੋਇਆ ਹੈ ਕਹਿੰਦੇ ਮੇਰੇ ਮੁਕਤੀ ਦਾਤਾ ਸਤਗੁਰੂ ਰਹਿਣ ਲੱਗੇ ਹਨ ਹੁਣ ਜਿਨ ਕੀ ਕੀਰਤ ਘਰ ਘਰ ਮੰਡੀ ਜਿਨ੍ਹਾਂ ਦੀ ਕੀਰਤੀ ਜਸ ਪ੍ਰਸ਼ੰਸਾ ਘਰਾਂ ਘਰਾਂ ਵਿੱਚ ਭੂਖਸ਼ਤ ਹੋਈ ਸਜੀ ਹੈ ਮਨੁਜ ਪਰਸ ਪਰ ਮਿਲੇ ਸਰਾਹ ਹੈ ਆਪੋ ਵਿੱਚ ਜਿੱਥੇ ਵੀ ਹੁਣ ਲੋਕ ਮਿਲਦੇ ਨੇ ਸਾਹਿਬ ਗੁਰੂ ਨਾਨਕ ਦਾ ਜਸ ਕਰਦੇ ਹਨ ਨਰਮੋਹ ਸ੍ਰੀ ਗੁਣ ਅਵਗਾਹ ਹੈ ਤੇ ਮਹੂਰ ਮੂਹ ਬਾਰ-ਬਾਰ ਸਤਿਗੁਰਾਂ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਮਧਰ ਬਚਨ ਜੇ ਹ ਮਿਰਦਲ ਸੁਭਾਉ ਕਹਿੰਦੇ ਦੇਖੋ ਬਚਨ ਕਿਤਨੇ ਮਿੱਠੇ ਗੁਰੂ ਨਾਨਕ ਸਾਹਿਬ ਦੇ ਸੁਭਾਅ ਕਿਤਨਾ ਕੋਮਲ ਮਹਾਰਾਜੀ ਦਾ ਹੈ ਮਦਤੇ ਆਦਿਕ ਕਰਮ ਨ ਕਾਉ ਤੁ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਕੋਈ ਵੀ ਮਾੜਾ ਕਰਮ ਨਹੀਂ ਕਰਦਿਆ ਕੋਈ ਹੰਕਾਰ ਦਾ ਸੋ ਕਰਮ ਨਹੀਂ ਕੋਈ ਬਚਨ ਨਹੀਂ ਕਰਦੇ ਹਨ ਔਰ ਉਦਾਰ ਅਤ ਸੰਤ ਸੁਸ਼ੀਲਾ ਤੋ ਨਰਮ ਸੁਭਾਅ ਵਾਲੇ ਸੰਤ ਰੂਪ ਨੇ ਇਸ ਪ੍ਰਕਾਰ ਤੋ ਮੇਰੇ ਸਤਿਗੁਰੂ ਪਾਤਸ਼ਾਹ ਪਰਉਪਕਾਰੀ ਸਰੂਪ ਹਨ ਉਦਾਰ ਖੁੱਲੇ ਦਿਲ ਵਾਲੇ ਹਨ ਕਰਣਾਵਾਨ ਸਰੂਪ ਸ਼ਬੀਲਾ ਤੇ ਮਹਾਰਾਜ ਦਾ ਸ਼ਬੀਲਾ ਸਰੂਪ ਬੜਾ ਸੁੰਦਰ ਹੈ ਤੇ ਕਿਰਪਾ ਕਰਨ ਵਾਲਾ ਜਦੋਂ ਵੀ ਮਹਾਰਾਜ ਤਰੁਠ ਦੇ ਕਿਰਪਾਈ ਕਰਦੇ ਹਨ ਸਭ ਪਾਸੇ ਸ਼ਹਿਬਾਸ਼ ਨਾ ਕੀ ਜੜ ਨਾ ਸੀ ਇਸ ਪ੍ਰਕਾਰ ਤਨ ਗੁਰੂ ਨਾਨਕ ਪਾਤਸ਼ਾਹ ਨੇ ਹਿਰਦੇ ਵਿੱਚ ਵਿਸ਼ਿਆਂ ਦੀ ਵਾਸ਼ਨਾ ਦੀ ਕਹਿੰਦੇ ਜੜ ਵੀ ਨਹੀਂ ਹੈ ਨਾਸ ਕੀਤੀ ਹੋਈ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਥੇ ਵਰਣਨ ਯੋਗ ਹੈ ਗੁਰੂ ਨਾਨਕ ਮਹਾਰਾਜੀ ਦਾ ਵਿਆਹ ਹੋਇਆ ਤੇ ਗੁਰੂ ਨਾਨਕ ਸਾਹਿਬ ਦੀ ਵੰਸ਼ ਵੀ ਹੋਈ ਹੈ ਬੱਚੇ ਵੀ ਹੋਏ ਪਰ ਗੁਰੂ ਪਾਤਸ਼ਾਹ ਵਿਸ਼ੇ ਬਾਸ਼ਨਾ ਦੇ ਅਧੀਨ ਨਹੀਂ ਹਨ ਜਦੋਂ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਤਾਂ ਆਹ ਪ੍ਰਸੰਗ ਆਵੇਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਤਾ ਸੁਲਖਣੀ ਜਿਹਨੂੰ ਦੋ ਲਾਉਂਗ ਦਿੱਤੇ ਨੇ ਉਹ ਮਾਤਾ ਨੇ ਦੋ ਲਾਉਂਗ ਖਾਦੇ ਨੇ ਤੇ ਦੋ ਬੱਚਿਆਂ ਦਾ ਜਨਮ ਹੋਇਆ ਗੁਰੂ ਪਾਤਸ਼ਾਹ ਦਸਾਂ ਗੁਰੂਆਂ ਦਾ ਇਤਿਹਾਸ ਸਚਖੰਡਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾ ਨੇ ਕਥਾ ਵਿੱਚ ਬਚਨ ਰਿਕਾਰਡ ਨੇ ਮਹਾਂਪੁਰਸ਼ਾਂ ਦੇ ਕਿ ਸਤਿਗੁਰੂ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਇਸ ਵੰਸ਼ ਦੇ ਵਿੱਚ ਜਿਹੜਾ ਹੈ ਵਿਸ਼ੇਵਾਸ਼ਨਾ ਨਹੀਂ ਹੈ ਜਦੋਂ ਵੀ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਨੀ ਹੁੰਦੀ ਜਾਂ ਬਾਬਾ ਬੁੱਢਾ ਸਾਹਿਬ ਦੀ ਵੰਸ਼ ਵਿੱਚ ਜੋ ਅੱਗੇ ਪਦਾਇਸ਼ ਸੀ ਨਾ ਉਹ ਬਚਨ ਨਾਲ ਹੋਇਆ ਕਰਦੀ ਸੀ ਤਾਂ ਇਸ ਵਾਸਤੇ ਕਵੀ ਜੀ ਸਾਨੂੰ ਸੰਕੇਤ ਦੇ ਰਹੇ ਨੇ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹਿਰਦੇ ਵਿੱਚ ਵਿਸ਼ੇ ਬਾਸ਼ਨਾ ਨਾ ਸਹ ਹੈ ਮਿਸ਼ਾਂ ਦੀ ਬਾਸ਼ਨਾ ਨਹੀਂ ਹੈ ਹਰਖ ਸ਼ੋਗ ਤੇ ਰਿਦਾ ਆਯਾ ਦਾਸੀ ਤੇ ਮਹਾਰਾਜ ਨਾ ਖੁਸ਼ੀ ਤੇ ਨਾ ਗਮੀ ਖੁਸ਼ੀ ਦੇ ਵਿੱਚ ਵੀ ਉਹੋ ਜਾਇ ਨੇ ਗਮੀ ਦੇ ਵਿੱਚ ਵੀ ਉਹ ਜਾਹੇ ਨੇ ਉਪਰਾਮਨ ਇਹਨਾਂ ਦੋਨਾਂ ਤੋਂ ਉੱਚੀ ਅਵਸਥਾ ਹੈ ਔਰ ਸੁਲਤਾਨੇ ਜਾਹੇ ਕਮਾਈ ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਸ੍ਰੀ ਸੁਲਤਾਨਪੁਰ ਸਾਹਿਬ ਵਿੱਚ ਕਮਾਈ ਕਰਦੇ ਹਨ ਹਾਰੀ ਅਦਕ ਜਿਹ ਤੋਟ ਨਾ ਕਾਈ ਕੋਈ ਘਾਟਾ ਨਹੀਂ ਗੁਰਸਨ ਹੱਟ ਸਭ ਚਲਾਇਆ ਹੈ ਬਹੁਤ ਕਮਾਈ ਕੀਤੀ ਧਨ ਦੌਲਤ ਦੀ ਪਤਾਉ ਦਾਨ ਦੀਨਨ ਧਨ ਭੂਰੀ ਤੇ ਜਿੰਨੀ ਕਮਾਈ ਕੀਤੀ ਹੈ ਉਹ ਗਰੀਬਾਂ ਤੇ ਸਾਧੂਆਂ ਨੂੰ ਹੀ ਦਾਨ ਦਿੱਤਾ ਸਤਿਗੁਰਾਂ ਦੇ ਮਖੀਸ਼ ਕੀਤੀ ਹੈ ਕੋਈ ਧਨ ਜੋੜਿਆ ਨਹੀਂ ਮਹਾਰਾਜ ਨੇ ਬਸਰੀ ਕੀਰਤ ਜਹ ਤਹ ਰੂਰੀ ਇਸ ਵਾਸਤੇ ਜਿੱਥੇ ਕਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਸੁੰਦਰ ਕੀਰਤੀ ਜਸ ਜਣਾ ਸਭ ਪਾਸੇ ਫੈਲਿਆ ਹੈ ਹਸ ਪ੍ਰਕਾਰ ਨਿਤ ਜਸ ਵਿਸਤਾਰਾ ਇਹੋ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆ ਦੇ ਵਿੱਚ ਆਪਣਾ ਜਸ ਫੈਲਾਇਆ ਹੈ ਹਸੇ ਮਾਸ ਇੱਕ ਮੋਖ ਉਦਾਰਾ ਇਹੋ ਮੁਕਤੀ ਦੇ ਦਾਤੇ ਗੁਰੂ ਸਾਹਿਬ ਕਿਰਪਾ ਕੀਤੀ ਹੈ ਸ੍ਰੀ ਨਨਕਾਣਾ ਸਾਹਿਬ ਰਾਏ ਪੋਇੰਦੀ ਤਲਵੰਡੀ ਵਿੱਚ ਇੱਕ ਮਹੀਨਾ ਗੁਰੂ ਸਾਹਿਬ ਨੇ ਰਹਿ ਕਰਕੇ ਅਨੇਕ ਜੀਵਾਂ ਤੇ ਮਖਸ਼ਿਸ਼ਾਂ ਕੀਤੀਆਂ ਹਨ ਕੋਨ ਗਮਨਨ ਕੀ ਕੀਨ ਤਿਆਰੀ ਹੁਣ ਗੁਰੂ ਪਾਤਸ਼ਾਹ ਨੇ ਤਿਆਰੀ ਕੀਤੀ ਹੈ ਸੁਲਤਾਨਪੁਰ ਸਾਹਿਬ ਜਾਣ ਦੀ ਮਿਲੇ ਬੁਲਾ ਰਹੇ ਪ੍ਰੀਤ ਵਿਚਾਰੀ ਇਸ ਪ੍ਰਕਾਰ ਮਿਲ ਕਰਕੇ ਰਾਏ ਬੁਲਾਰ ਦੇ ਨਾਲ ਪ੍ਰੀਤ ਦੀ ਵਿਚਾਰ ਕੀਤੀ ਹੈ ਪਤੋ ਇਕੰਤ ਤਬਹਿ ਅਵਨੀਪਾ ਰਾਜਾ ਇਕਾਂਤ ਵਿੱਚ ਸੀ ਕੱਲਾ ਉਹਦੇ ਨਾਲ ਵਿਚਾਰ ਕੀਤਾ ਹੈ ਸਤਰ ਵੈਸੇ ਜਾਏ ਸਮੀਪਾ ਸਤਕਾਰ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਜਾ ਕੇ ਕੋਲ ਬੈਠੇ ਹਨ ਹੱਥ ਬੰਦ ਬਚ ਬਦਤ ਬੁਲਾਰਾ ਤੇ ਹੱਥ ਜੋੜ ਕਰਕੇ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਹੈ ਹੁਣ ਸਤਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਹੈ ਸੋ ਆਪ ਜੀ ਬਖਸ਼ਿਸ਼ਾਂ ਕਰਦੇ ਹਨ ਹੁਣ ਜੀਵਾਂ ਨੂੰ ਭਵਜਲ ਤੋਂ ਪਾਰ ਕਰ ਰਹੇ ਨੇ ਹੁਣ ਰਾਏ ਬੁਲਾਰ ਦੀ ਵਾਰੀ ਹੈ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਹੈ ਪਰਮ ਲਾਭ ਮੁਝੇ ਦਰਸ ਤੋ ਮਹਾਰਾਜ ਤੁਹਾਡੇ ਦਰਸ਼ਨ ਕਰਨ ਦਾ ਬਹੁਤ ਵੱਡਾ ਮੈਨੂੰ ਲਭ ਹੋਇਆ ਹੈ ਗਿਆਨ ਸਰੋਮਨ ਕਿਰਪਾ ਨਿਧਾਨ ਤੁਸੀਂ ਗਿਆਨ ਵਿੱਚ ਸ਼ਰੋਮਣੀ ਸਭ ਤੋਂ ਉੱਚੇ ਹੋ ਮਹਾਰਾਜ ਕਿਰਪਾ ਦੇ ਖਜ਼ਾਨੇ ਹੋ ਕਲਾਵਾਨ ਕਲ ਬਿਨ ਗੁਣ ਖਾਨ ਤੁਸੀਂ ਕਲਾਵਾ ਸਾਰੀਆਂ ਸ਼ਕਤੀਆਂ ਵਾਲੇ ਹੋ ਤੇ ਕਲ ਬਿਨ ਤਹਾਡੇ ਵਿੱਚ ਕੋਈ ਕਲਪਨਾ ਕਲੇਸ਼ ਨਹੀਂ ਹੈ ਫਸਿਓ ਰਹਤ ਮੈਂ ਜਗਤ ਕਲੇਸ਼ੂ ਮਹਾਰਾਜ ਕਿਰਪਾ ਕਰੋ ਮੈਂ ਜਗਤ ਦੇ ਕਲੇਸ਼ਾਂ ਵਿੱਚ ਫਸਿਆ ਰਹਿੰਦਾ ਰਾਜਾ ਹਾਂ ਕੋਈ ਕਿਸੇ ਦੀ ਸੁਣਨੀ ਪੈਂਦੀ ਕਿਸੇ ਦੀ ਕੋਈ ਕਿਸੇ ਦੀਆਂ ਗੱਲਾਂ ਮਹਾਰਾਜ ਮੈਂ ਤਾਂ ਦੁਨੀਆ ਦੇ ਕਲੇਸ਼ ਵਿੱਚ ਹੀ ਫਸਿਆ ਹੋਇਆ ਹਾਂ ਕਿਰਪਾ ਕਰੋ ਰਾਵਰ ਕੀ ਲਾਲਸ ਉਪਦੇਸ਼ੂ ਤੇ ਮੈਨੂੰ ਇੱਛਾ ਇਸ ਗੱਲ ਦੀ ਹੈ ਲਾਲਸਾ ਹੈ ਕਿ ਉਪਦੇਸ਼ ਦਿਓ ਤੇ ਮਾਰੇ ਮੇਰਾ ਕਲੇਸ਼ ਬਿਟ ਜਾਏ ਤਨ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਸਾਧ ਸੰਗ ਗਰੀਬ ਤੋਂ ਗਰੀਬ ਦਾ ਉਧਾਰ ਵਿਦਵਾਨ ਤੋਂ ਵਿਦਵਾਨ ਦਾ ਉਧਾਰ ਰਾਜਿਆਂ ਰਾਜਿਆਂ ਦਾ ਉਧਾਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਪਸ਼ੂਆਂ ਤੇ ਪ੍ਰੇਤਾਂ ਦਾ ਵੀ ਉਧਾਰ ਕੀਤਾ ਹੈ ਤੇ ਬਖਸ਼ਿਸ਼ ਕਰ ਰਹੇ ਹਨ ਕਰਤ ਕਿਉਂ ਨਾ ਮੁਝ ਲਖ ਅਧਿਕਾਰੀ ਕਹਿੰਦਾ ਮਹਾਰਾਜ ਮੈਨੂੰ ਅਧਿਕਾਰੀ ਜਾਣ ਕੇ ਤੇ ਮੇਰਾ ਵੀ ਉਧਾਰ ਕਰਾ ਕਿਰਪਾ ਕਰੋ ਹੋ ਰਾਜਾ ਬਜ਼ੁਰਗ ਹੈ ਰਾਜਾ ਹੈ ਗੁਰੂ ਨਾਨਕ ਸਾਹਿਬ ਦੀ ਅਵਸਥਾ ਕਿਸ਼ੋਰ ਹੈ ਅਜੇ ਦਾੜ੍ਹੀ ਉਤਰੀ ਹੈ ਮਹਾਰਾਜ ਨੂੰ ਬੇਨਤੀਆਂ ਕਰਦਾ ਮਹਾਰਾਜ ਮੈਨੂੰ ਅਧਿਕਾਰੀ ਜਾਣ ਕੇ ਮੇਰਾ ਉਧਾਰ ਕਿਉਂ ਨਹੀਂ ਕਰਦੇ ਮਿਹਰ ਕਰੋ ਮੇਰੇ ਤੇ ਹੰਧਾ ਨ ਬੰਦਨ ਸ਼ਰਨ ਤੁਮਾਰੀ اے ਗਰੀਬਨਵਾਜ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਕਿਰਪਾ ਕਰੋ ਮਹਾਰਾਜ ਰਹਿਮਤ ਬਖਸ਼ਿਸ਼ ਕਰੋ ਮੇਰੇ ਉੱਪਰ ਸਨ ਬੋਲੇ ਸ੍ਰੀ ਪੰਕਜ ਬਦਨ ਕਮਲ ਸ੍ਰੀਖੇ ਨੇਤਰਾਵਾਂ ਵਾਲੇ ਧੰਗੁਰੂ ਨਾਨਕ ਸਾਹਿਬ ਸੋਹਣੇ ਕਮਲ ਵਰਗੇ ਮੁਖ ਵਾਲੇ ਗੁਰੂ ਪਾਤਸ਼ਾਹ ਜੀ ਬਚਨ ਕਰਦੇ ਹਨ ਜੀ ਸਿਮਰੋ ਸਤ ਨਾਮ ਸੁਖ ਸਦਨ ਹਜੂਰ ਕਹਿੰਦੇ ਰਾਜਾ ਸਾਹਿਬ ਤੁਸੀਂ ਪਰਮੇਸ਼ਵਰ ਦਾ ਸਤਨਾਮ ਸ੍ਰੀ ਵਾਹਿਗੁਰੂ ਦਾ ਨਾਮ ਸੁੱਖਾਂ ਦਾ ਘਰ ਹੈ ਤੁਸੀਂ ਸਤਨਾਮ ਸੱਚੇ ਨਾਮ ਦਾ ਸਿਮਰਨ ਕਰਿਆ ਕਰੋ ਲੱਗੇ ਉਹ ਮਾਉ ਪੰਖ ਜਿਉ ਸੰਗਾਂ ਗਿਆਨ ਹੈ ਕਵੀ ਜੀ ਬੜੇ ਸੁੰਦਰ ਢੰਗ ਦੇ ਨਾਲ ਗੁਰੂ ਸਾਹਿਬ ਦੇ ਬਚਨਾਂ ਨੂੰ ਅਲੰਕ੍ਰਿਤ ਕਰਦੇ ਆ ਕਹਿੰਦੇ ਨੇ ਰਾਏ ਸਾਹਿਬ ਜੀ ਪਰਮੇਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰੋ ਤੁਹਾਡਾ ਉਧਾਰ ਹੋਏਗਾ ਕਿੱਦਾਂ ਹੋਏਗਾ ਕਹਿੰਦੇ ਜਿਸ ਤਰ੍ਹਾਂ ਇੱਕ ਹਮਾਇਉ ਪੰਛੀ ਹੁੰਦਾ ਹੈ ਦਸਮ ਗ੍ਰੰਥ ਵਿੱਚ ਵੀ ਜ਼ਿਕਰ ਆਇਆ ਇਸ ਦਾ ਉਹ ਅਨਲ ਪੰਛੀ ਵੀ ਉਸ ਨੂੰ ਕਿਹਾ ਹੈ ਅਨਲਾ ਚੀਨ ਵੀ ਕਹਿੰਦੇ ਨੇ ਹਮਾਇਉ ਪੰਛੀ ਉਹਦੇ ਨਾਮ ਨੇ ਆਕਾਸ਼ ਵਿੱਚ ਹੀ ਰਹਿੰਦਾ ਉਹ ਧਰਤੀ ਤੇ ਨਹੀਂ ਆਉਂਦਾ ਜਿਸ ਵੇਲੇ ਕਿਤੇ ਕਹਿੰਦੇ ਨੇ ਉਸ ਦੀ ਪਦਾਇਸ਼ ਉਹ ਆਂਡਾ ਦਿੰਦਾ ਨਾ ਧਰਤੀ ਦੇ ਉੱਤੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਉਹ ਆਂਡਾ ਫਟ ਕਰਕੇ ਬੱਚਾ ਬਣ ਕੇ ਉੱਡ ਕੇ ਉਹਦੇ ਨਾਲ ਹੀ ਚੱਲ ਆਕਾਸ਼ ਵਿੱਚ ਇਹਨੂੰ ਆਕਾਸ਼ ਚਾਰੀ ਪੰਛੀ ਮੰਨਿਆ ਹੈ ਤਾ ਕਹਿੰਦੇ ਨੇ ਜਿਸ ਤਰੀਕੇ ਦੇ ਨਾਲ ਧਰਤੀ ਤੇ ਕਿਤੇ ਉਸ ਦਾ ਖੰਭ ਮਿਲ ਜਾਏ ਉਹ ਖੰਭ ਜਿਸ ਤੀਰ ਦੇ ਨਾਲ ਜੋੜਿਆ ਜਾਏ ਤੇ ਜਦੋਂ ਉਸ ਤੀਰ ਨੂੰ ਛੱਡਿਆ ਜਾਏ ਤੇ ਉਹ ਉੱਥੇ ਹੀ ਚਲਾ ਜਾਂਦਾ ਜਿੱਥੋਂ ਦਾ ਉਹ ਖੰਭ ਹੈ ਦਸ਼ਮ ਪਾਸ਼ਾ ਦੇ ਇਤਿਹਾਸ ਪ੍ਰਸੰਗ ਆਉਂਦਾ ਹੈ ਨਾਰਦ Muni ਆਇਆ ਸੀ ਕਿਉਂਕਿ ਨਾਰਦ Muni ਬ੍ਰਹਮਾ ਦਾ ਪੁੱਤਰ ਹੈ ਉਹ ਧਰਤੀ ਤੇ ਵੀ ਆ ਜਾਂਦਾ ਹੈ ਸਵਰਗਮ ਵਿੱਚ ਵੀ ਚਲਾ ਜਾਂਦਾ ਸੁਤੰਤਰ ਹੈ Muni ਹੈ ਉਸ ਨੇ ਇੱਕ ਵਾਰਾ ਇਉਂ ਸੋ ਉਸ ਗੁਰੂ ਪਾਤਸ਼ਾਹ ਕਲਗੀਧਰ ਦੇ ਦਰਸ਼ਨ ਕਰਨ ਆਇਆ ਆਉਂਦਾ ਰਹਿੰਦਾ ਹੋਇਆ ਬਾਬਾ ਗੁਰਬਚਨ ਸਿੰਘ ਖਾਲਸਾ ਦੀ ਕਥਾ ਸੁਣਨ ਵੀ ਆਇਆ ਸੀ ਇਹ ਅਮਰ ਨੇ ਇਸ ਪ੍ਰਕਾਰ ਇਹ ਖੰਭ ਲੈ ਕਰਕੇ ਉਸ ਪੰਛੀ ਦੇ ਲੈ ਕੇ ਆਇਆ ਤੇ ਕਲਗੀਧਰ ਪਾਤਸ਼ਾਹ ਦੇ ਭੇਟਾ ਕੀਤੇ ਹਜੂਰ ਹੱਥ ਵਿੱਚ ਪਕੜ ਲਓ ਇਹਨਾਂ ਨੂੰ ਛੱਡਿਓ ਨਾ ਹਮਾਈਓ ਪੰਛੀ ਦੇ ਖੰਭ ਇਹ ਇੱਛਾ ਗੁਰੂ ਸਾਹਿਬ ਦੀ ਸੀ ਮੌਜ ਸੀ ਕਿਉਂਕਿ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਕਲਗੀਆਂ ਵਾਲੇ ਸ਼ਾਨਸ਼ਾ ਪਿਤਾ ਜੀ ਨੂੰ ਕਿ ਮਹਾਰਾਜ ਇਹ ਕਿਰਪਾ ਕਰੋ ਆਪ ਜੀ ਦਾ ਹੁਕਮ ਗੁਰਸਿੱਖੀ ਨੂੰ ਧਾਰਨ ਕੀਤਾ ਅੰਮਤ ਛਕਿਆ ਹੈ ਨਿਤਨੇਮ ਕਰਦੇ ਰਹਿਤ ਰੱਖਦੇ ਆ ਪਰ ਗਰੀਬਨਵਾਜ਼ ਮਨ ਤਾਂ ਸਾਡਾ ਟਿਕਦਾ ਨਹੀਂ ਤੇ ਮਹਾਰਾਜ ਸਾਡਾ ਕੀ ਬਣੂ ਤੁਸੀਂ ਕਹਿੰਦੇ ਹੋ ਵੀ ਮਨ ਟਿਕੇਗਾ ਆਨੰਦ ਆਊ ਤੇ ਮਹਾਰਾਜ ਅਸੀਂ ਨਿਤਨੇਮ ਕਰਦੇ ਮਨ ਭਜ ਜਾਂਦਾ ਹੈ ਗੁਰੂ ਸਾਹਿਬ ਨੇ ਕਿਹਾ ਤੁਹਾਡੇ ਸਵਾਲ ਦਾ ਜਵਾਬ ਦਵਾਂਗੇ ਇਹ ਫਿਰ ਗੁਰੂ ਸਾਹਿਬ ਦੀ ਇੱਛਾ ਸੀ ਹਮਾਯੂ ਪੰਛੀ ਦੇ ਖੰਭ ਲੈ ਕੇ ਨਾਰਦ मुनि ਆਇਆ ਦਰਸ਼ਨ ਕਰਕੇ ਉਪਮਾ ਕਰਕੇ ਚਲਾ ਗਿਆ ਗੁਰੂ ਸਾਹਿਬ ਨੇ ਆਪਣੇ ਹਜ਼ੂਰੀ ਗੜਬਈ ਸਿੰਘ ਭਾਈ ਆਲਮ ਸਿੰਘ ਨੂੰ ਹੁਕਮ ਕੀਤਾ ਆਹ ਲਓ ਖੰਭ ਹੱਥੋਂ ਛੱਡੜੇ ਨਹੀਂ ਆਪਣੇ ਮਿਸਤਰੀ ਕੋਲ ਜਾਓ ਤੇ ਤੀਰਾਂ ਦੇ ਨਾਲ ਜੋੜ ਕੇ ਲਿਆਓ ਉਹ ਖੰਭ ਤੀਰਾਂ ਨਾਲ ਜੜਾ ਕੇ ਹੱਥ 'ਚ ਫੜ ਕੇ ਸੋ ਲਿਆ ਕੇ ਗੁਰੂ ਸਾਹਿਬ ਨੂੰ ਹਾਜ਼ਰ ਕੀਤੇ ਗੁਰੂ ਸਾਹਿਬ ਨੇ ਪਕੜ ਲਿਆ ਗੁਰੂ ਸਾਹਿਬ ਨੇ ਚੋਜ ਕੀਤਾ ਕਹਿਣ ਲੱਗਿਆ ਭਈ ਸਿੰਘੋ ਅੱਜ ਅਸੀਂ ਨਾ ਤੀਰ ਛੱਡਣੇ ਆ ਇਸ ਵਾਸਤੇ ਆਨੰਦਗੜ੍ਹ ਕਿਲੇ ਤੇ ਖੜੋ ਕੇ ਹਜੂਰ ਕਹਿੰਦੇ ਆਵਾਜ਼ ਦੇ ਭਈ ਜਿਹੜਾ ਕੋਈ ਸਾਡਾ ਸਿੰਘ ਸਾਡਾ ਤੀਰ ਫੜ ਕੇ ਲਿਆਊ ਉਹ ਤੇ ਬਹੁਤ ਖੁਸ਼ੀ ਕਰਾਂਗੇ ਸਿੰਘਾਂ ਨੇ ਕਸਲੇ ਘੋੜੇ ਕੁਝ ਕੋਲ ਖੜੋ ਗਏ ਭਈ ਜੇ ਸਿੰਧਾ ਤੀਰ ਆਕਾਸ਼ ਨੂੰ ਛੱਡਿਆ ਤੇ ਨੇੜੇ ਡਿੱਗੂ ਤੇ ਕਈਆਂ ਨੇ ਘੋੜੇ ਭੁਜਾਏ ਭਈ ਗੁਰੂ ਸਾਹਿਬ ਦਾ ਤੀਰ ਤੇ ਪੰਜ ਕੋਹਾਂ ਤੇ ਜਾ ਕੇ ਡੇਗੜਾ ਜਦੋਂ ਹਜੂਰ ਜੀ ਨੇ ਇੱਕ ਤੀਰ ਛੱਡਿਆ ਛੂਕੰਦਾ ਆਕਾਸ਼ ਨੂੰ ਗਿਆ ਘੋਣੇ ਪੁਝਾਏ ਦੇਖਦੇ ਨੇ ਤੀਰ ਕਿਤੇ ਦਿਸਿਆ ਹੀ ਨਹੀਂ ਕਹਿੰਦੇ ਪੰਜ ਤੀਰ ਸਨ ਪੰਜੇ ਚਲਾਤੇ ਗੁਰੂ ਸਾਹਿਬ ਉਸ ਤੋਂ ਬਾਅਦ ਹੰਜੂਰ ਸਾਰੇ ਇਕੱਠੇ ਕਿਉਂ ਪਿਆ ਲਿਆਂਦਾ ਕੋਈ ਤੀਰ ਕਹਿੰਦੇ ਮਹਾਰਾਜ ਲੱਭਾ ਹੀ ਨਹੀਂ ਫਿਰ ਗੁਰੂ ਸਾਹਿਬ ਕਹਿਣ ਲੱਗੇ ਖਾਲਸਾ ਜੀ ਤੁਹਾਡੇ ਸਵਾਲ ਦਾ ਜਵਾਬ ਹੈ ਸਿੰਘ ਹੈਰਾਨ ਮਹਾਰਾਜ ਕੀ ਸਵਾਲ ਭਾਈ ਯਾਦ ਕਰੋ ਤੁਸੀਂ ਕਿਹਾ ਸੀ ਮਹਾਰਾਜ ਜੀ ਬਾਣੀ ਪੜ੍ਹਦੇ ਆ ਮਨ ਨਹੀਂ ਟਿਕਦਾ ਸਾਡਾ ਕੀ ਬਣੂ ਕਹਿੰਦੇ ਮਹਾਰਾਜ ਜੀ ਫਿਰ ਸਾਨੂੰ ਸਮਝ ਨਹੀਂ ਆਈ ਕਹਿੰਦੇ ਭਾਈ ਦੇਖੋ ਤੁਹਾਨੂੰ ਅਸੀਂ ਬਾਣੀ ਨਾਲ ਜੋੜਿਆ ਪਰਮੇਸ਼ਵਰ ਦੇ ਸਿਮਰਨ ਵਿੱਚ ਜੋੜਿਆ ਤੁਸੀਂ ਜੁੜੋ ਜਿਸ ਤਰ੍ਹਾਂ ਇਹ ਤੀਰ ਜਿਹੜੇ ਸਨ ਧਰਤੀ ਤੇ ਨਹੀਂ ਆਏ ਹਮਾਯੂ ਪੰਛੀ ਦੇ ਖੰਭ ਸਨ ਆਕਾਸ਼ ਨੂੰ ਚਲਾਏ ਆਕਾਸ਼ ਵਿੱਚ ਰਹਿੰਦਾ ਤੀਰਾਂ ਨੂੰ ਵੀ ਨਾਲ ਹੀ ਲੈ ਗਿਆ ਇਸੇ ਤਰ੍ਹਾਂ ਤੁਸੀਂ ਸਿਮਰਨ ਕਰੋਗੇ ਬਾਣੀ ਨਾਲ ਜੁੜੋਗੇ ਇਹ ਬਾਣੀ ਉਸ ਧਰੋਂ ਸਚਖੰਡ ਤੋਂ ਆਈ ਹੈ ਤੁਹਾਨੂੰ ਸਚਖੰਡ ਹੀ ਲੈ ਜਾਊਗੀ ਤੁਸੀਂ ਜੁੜੇ ਰਹੋ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਤਾਂ ਇਹ ਪ੍ਰਮਾਣ ਦਿੱਤਾ ਕਵੀ ਜੀ ਨੇ ਜਿਸ ਤਰ੍ਹਾਂ ਹਮਾਯੂ ਪੰਛੀ ਦੇ ਖੰਭ ਜਿਹੜੇ ਹੁੰਦੇ ਹਨ ਜਦ ਛੂਟੇ ਤੰਤੇ ਸੋਖ ਖਤੰਗਾ ਜਦੋਂ ਖਤੰਗ ਤੀਰ ਧਨਖ ਦੇ ਵਿੱਚੋਂ ਛੁੱਟਿਆ ਜਾਂਦਾ ਛੱਡਿਆ ਜਾਂਦਾ ਹੈ ਉਹ ਪਰ ਕੇ ਬਲ ਕਰ ਹੋਤ ਉਡਾਉ ਤਾਂ ਕਹਿੰਦੇ ਉਸ ਪਰ ਖੰਭ ਦੇ ਬਲ ਦੇ ਨਾਲ ਉਹ ਉੱਡਦਾ ਜਾਂਦਾ ਹੈ ਆਕਾਸ਼ ਨੂੰ ਪਹੁੰਚੈ ਸੋ ਜਹ ਦੇਸ਼ ਹਮਾਉ ਜਿੱਥੇ ਹਮਾਯੂ ਪੰਛੀ ਦਾ ਦੇਸ਼ ਹੈ ਉਸੇ ਦੇਸ਼ ਵਿੱਚ ਚਲਾ ਜਾਂਦਾ ਉਹ ਤੀਰ ਮੁੜ ਕੇ ਨਹੀਂ ਮੁੜਦਾ ਹੈ ਜਿੱਦਾਂ ਗੁਰਨਾਇ ਪਰ ਕਬ ਧਰਨੀ ਮੁੜ ਕੇ ਬਹਰ ਮੁੜ ਕੇ ਆਣ ਕਰਕੇ ਧਰਤੀ ਨੇ ਕਦੇ ਡਿੱਗਦਾ ਉਹ ਅਸੀ ਰੀਤ ਨਾਮ ਕੀ ਵਰਣੀ ਇਸ ਤਰ੍ਹਾਂ ਹਜੂਰ ਕਹਿੰਦੇ ਪਰਮੇਸ਼ਵਰ ਦੇ ਨਾਮ ਦੀ ਮਰਜ਼ਾਦਾ ਇਉਂ ਅਸੀਂ ਵਰਣਨ ਕੀਤੀ ਹੈ ਜਿਹੜਾ ਮਨ ਨਾਮ ਨਾਲ ਜੁੜ ਜੂ ਇਹ ਨਾਮ ਜਿੱਥੋਂ ਸੱਚਖੰਡ ਪਰਮੇਸ਼ਵਰ ਤੋਂ ਆਇਆ ਉੱਥੇ ਹੀ ਲੈ ਜਾਏਗਾ ਇੱਕ ਦਸ ਸਿਮਰੇ ਜੇ ਦਿਨ ਰਾਤੀ ਤੋ ਭਾਈ ਇੱਕ ਚਿਤ ਹੋ ਕਰਕੇ ਦਿਨੇ ਰਾਤ ਜੋ ਸਿਮਰਨ ਕਰਨਗੇ ਵਾਹਿਗੁਰੂ ਦਾ ਸਰੀਰ ਦੇਹ ਤੇ ਹੋਏ ਸੰਗਾਤੀ ਤੋ ਭਾਈ ਉਹ ਸੋ ਇਸ ਪ੍ਰਕਾਰ ਜਿਹੜੇ ਨਾਮ ਦੇ ਸੰਗੀ ਹੋ ਜਾਣਗੇ ਜਿਸ ਲਈ ਦੇਹ ਤੋਂ ਛੁੱਟਣਗੇ ਤਾਂ ਜਹ ਨਾਮੀ ਕੋ ਦੇਸ ਸੁਹਾਵਨ ਜਿਹਦਾ ਨਾਮ ਵਾਹਿਗੁਰੂ ਜਪਦੇ ਹੋ ਇਸ ਦਾ ਮਾਲਕ ਜੋ ਨਾਮੀ ਦਾ ਜਿਹੜਾ ਦੇਸ ਸੱਚਖੰਡ ਹੈ ਕਾਹ ਕਰੇ ਬਿਨ ਬਿਲਮ ਪਚਾਵਨ ਇਹ ਫਿਰ ਦੇਰ ਨਹੀਂ ਲਾਉਂਦਾ ਕਹਿੰਦੇ ਉੱਥੇ ਹੀ ਪਚਾ ਦੂ ਇਹ ਨਾਮ ਆਪਣੇ ਮਾਲਕ ਨਾਮੀ ਕੋਲ ਲੈ ਜੋ ਜਿਸ ਤਰ੍ਹਾਂ ਹਮਾਇਉ ਪੰਛੀ ਦਾ ਖੰਭ ਪੰਛੀ ਕੋਲ ਲੈ ਜਾਂਦਾ ਉਹਦੇ ਦੇਸ਼ ਲੈ ਜਾਂਦਾ ਹੈ ਇਵੇਂ ਹੀ ਨਾਮ ਨਾਮੀ ਦੇ ਦੇਸ਼ ਵਿੱਚ ਤੁਹਾਨੂੰ ਲੈ ਜਾਵੇਗਾ ਕਰਨ ਜਗ ਮਹਿ ਪਾਵੈ ਦੇਹੀ ਭਾਈ ਮੁੜ ਕੇ ਫਿਰ ਉਸ ਦਾ ਸਰੀਰ ਜਿਹੜਾ ਸੰਸਾਰ ਵਿੱਚ ਨਹੀਂ ਉਸ ਨੂੰ ਹੁੰਦੇ ਹੀ ਨਹੀਂ ਮਿਲੇਗੀ ਸਰੀਰ ਨਹੀਂ ਮਿਲੇਗਾ ਸਤਿਨਾਮ ਕੇ ਭੇ ਜੋ ਸੁਨੇਹੀ ਰਾਏ ਸਾਹਿਬ ਜੀ ਜਿਹੜੇ ਸੱਚੇ ਨਾਮ ਦੇ ਪ੍ਰੇਮੀ ਬਣ ਜਾਂਦੇ ਹਨ ਸੁਣ ਉਪਦੇਸ਼ ਲਗੀ ਲਵ ਨਾਮ ਜਦੋਂ ਗੁਰੂ ਪਾਤਸ਼ਾਹੀ ਜੀ ਨੇ ਰਾਏ ਸਾਹਿਬ ਨੂੰ ਇਹ ਬਚਨ ਕੀਤੇ ਸਾਧ ਸੰਗਤ ਹੁਣ ਕਰ ਲੈ ਤੇ ਸੁਣ ਤੇ ਅਸੀਂ ਵੀ ਲੈ ਪਰ ਗੁਰੂ ਨਾਨਕ ਦੇ ਮੁਖ ਦੇ ਬਚਨਾਂ ਦੀ ਤਸਵੀਰ ਹੀ ਕੋਈ ਐਸੀ ਹੈ ਜਿਸ ਵੇਲੇ ਰਾਏ ਸਾਹਿਬ ਜੀ ਨੇ ਇਸ ਪ੍ਰਕਾਰ ਸਤਿਗੁਰਾਂ ਦੇ ਬਚਨਾਂ ਨੂੰ ਸਰਵਣ ਕੀਤਾ ਤਾਂ ਉਸ ਵੇਲੇ ਸੁਣ ਉਪਦੇਸ਼ ਲੱਗੀ ਲੇਵ ਨਾਮ ਤਾ ਨਾਮ ਵਿਚੇ ਲੇਵ ਲੱਗ ਗਈ ਉਸ ਦੀ ਜਿਸ ਵੇਲੇ ਲੇਵ ਲੱਗਦੀ ਨਾ ਉਸ ਵੇਲੇ ਸਾਧ ਸੰਗਤ ਜੀ ਜੋ ਸੁਰਤ ਦੇ ਵਿੱਚ ਨਾਮ ਹੈ ਨਾ ਫਿਰ ਉਹਨੂੰ ਯਤਨ ਨਹੀਂ ਕਰਨਾ ਪੈਂਦਾ ਉਚਾਰਨ ਕਰੀਏ ਸਤ ਨਾਮ ਸ੍ਰੀ ਵਾਹਿਗੁਰੂ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਇਹ ਗੱਲਾਂ ਲੱਭਦੀਆਂ। ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਜੋ ਸਾਡੇ ਤਕਸਾਲ ਦੇ 11ਵੇਂ ਜਥੇਦਾਰਮਾ ਪੁਰਸ਼ ਹੋਏ ਨੇ। ਉਹਨਾਂ ਦੇ ਜੀਵਨ ਵਿੱਚ ਵਾਰਤਾ ਆਈ ਹੈ। ਮਹਾਂਪੁਰਖਾਂ ਨੇ ਜ਼ਿਕਰ ਕੀਤਾ ਹੈ। ਕਹਿੰਦੇ ਨੇ ਕਹਿੰਦੇ ਕਈ ਪ੍ਰੇਮੀ ਸਿਮਰਨ ਕਰਦੇ ਹੋਏ ਨਾ ਕਿਸੇ ਸਰੀਰ ਦੀ ਹਰਕਤ ਦੇ ਨਾਲ ਸਿਮਰ ਨੂੰ ਜੋੜ ਲੈਂਦੇ ਨੇ ਐਸਾ ਤੱਕਿਆ ਕੋਈ ਸਿਰ ਹਿਲਾਉਣ ਲੱਗ ਪੈਂਦਾ ਹੈ ਕੋਈ ਹੱਥ ਹਿਲਾਉਣ ਲੱਗ ਪੈਂਦਾ ਉਹਦੇ ਨਾਲ ਹੀ ਜਿਹੜਾ ਉਹਨਾਂ ਦਾ ਸਿਮਰਨ ਚੱਲਦਾ ਹੈ ਪਰ ਮਹਾਂਪੁਰ ਕਹਿੰਦੇ ਨੇ ਇਉਂ ਸਰੀਰ ਦੀ ਹਰਕਤ ਦੇ ਨਾਲ ਜਿਹੜਾ ਤੁਹਾਡਾ ਸਿਮਰਨ ਚੱਲਦਾ ਹੈ ਨਾ ਉਹ ਅਨਹਦ ਨਾਦ ਨਹੀਂ ਹੈ ਉਹ ਅਨਹਤ ਸ਼ਬਦ ਨਹੀਂ ਹੈ ਉੱਥੇ ਇਹਨਾਂ ਲਿਖਿਆ ਉਹਨਾਂ ਕਹਿੰਦੇ ਇਸ ਤੋਂ ਉਹ ਅਲੱਗ ਹੈ ਇਸ ਤੋਂ ਹੋਰ ਵਸਤੂ ਹੈ ਤੋਂ ਮਹਾਰ ਕਹਿੰਦੇ ਜਿਸ ਵੇਲੇ ਤੁਸੀਂ ਪਰਮੇਸ਼ਵਰ ਦਾ ਰਾਏ ਸਾਹਿਬ ਜੀ ਜਿਸ ਵੇਲੇ ਤੁਸੀਂ ਨਾਮ ਦੇ ਨਾਲ ਚਿੱਤ ਜੋੜੋਗੇ ਇਉਂ ਤੁਹਾਡੀ ਲਿਬ ਬਣ ਜਾਏਗੀ ਤੋਂ ਮਹਾਰ ਨੇ ਬਖਸ਼ਿਸ਼ ਕਰ ਦਿੱਤੀ ਮਿਹਰ ਦੀ ਨਿਗਾਹ ਕਰਕੇ ਰਾਏ ਸਾਹਿਬ ਦੀ ਇਹ ਅਵਸਥਾ ਬਣਾ ਦਿੱਤੀ ਹੈ ਹੁਣ ਜਿਹਨਾਂ ਨੂੰ ਇਸ ਗੱਲ ਦਾ ਗਿਆਨ ਹੈ ਜਿਹਨਾਂ ਨੇ ਮਹਾਪੁਰਸ਼ਾਂ ਤੋਂ ਬਚਨ ਸੁਣ ਕੇ ਵਿਸ਼ਵਾਸ ਕੀਤਾ ਹੈ ਉਹਨਾਂ ਨੂੰ ਇਸ ਗੱਲ ਦੀ ਸਮਝ ਹੈ कि ਜਿਸ ਵੇਲੇ ਗੁਰੂ ਕਿਰਪਾ ਕਰਦੇ ਨੇ ਉਸ ਵੇਲੇ ਇਹ ਜਿਸ ਵੇਲੇ ਦਾਤ ਪ੍ਰਾਪਤ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਸੋ ਇਸ ਪ੍ਰਕਾਰ ਲੋੜ ਨਹੀਂ ਹੈ ਯਤਨ ਕਰਨ ਦੀ ਉਹ ਭਾਵੇਂ ਸੁੱਤੇ ਨੇ ਭਾਵੇਂ ਜਾਗਦੇ ਭਾਵੇਂ ਬਚਨ ਕਰਦੇ ਕਥਾ ਕੀਰਤਨ ਕਰਦੇ ਉਹਨਾਂ ਦੀ ਤੁਹਾਨੂੰ ਲਿਵਤੀ ਹੈ ਉਹ ਲਗਾਤਾਰੀ ਹੈ ਇੱਕ ਰਸ ਅਨਹਤ ਤੁਨ ਬਾਜੇ ਨੇਤ ਬਾਜੇ ਉਹਨਾਂ ਦੇ ਅਨਹਤ ਤੁਨ ਦੇ ਬਾਜੇ ਵੱਜਦੇ ਰਹਿੰਦੇ ਨੇ ਹਰ ਵੇਲੇ ਇਹਨੂੰ ਇਉਂ ਦੱਸਿਆ ਹੈ ਸਮਝ ਆਉਂਦੀ ਜਿਸ ਤਰ੍ਹਾਂ ਨਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਸੰਸਾਰ ਨੂੰ ਪੈਦਾ ਕੀਤਾ ਸ਼ਬਦ ਤੋਂ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕੀਤਾ ਪਸਾਉ ਏ ਕੋ ਘਵਾ ਜਦੋਂ ਬ੍ਰਹਿਮੰਡ ਦੇ ਅੰਦਰ ਵਜੂਦ ਤਾਂ ਉਹ ਹੈ ਨਹੀਂ ਸੀ ਪਰਮੇਸ਼ਰ ਸਰਵ ਵਿਆਪਕ ਸ਼ਕਤੀਮਾਨ ਉਸ ਨੇ ਓੰਕਾਰ ਦਾ ਸ਼ਬਦ ਜਿਹੜਾ ਜਿਸ ਵੇਲੇ ਉਚਾਰਨ ਕੀਤਾ ਨਾ ਉਹ ਗੂੰਜਿਆ ਕਹਿੰਦੇ ਉਹ ਜਿਹੜੀ ਗੂੰਜ ਹੈ ਨਾ ਉਸੇ ਤੋਂ ਸਾਰੀ ਪ੍ਰਕਿਰਤੀ ਸਾਰੀ ਸ੍ਰਿਸ਼ਟੀ ਬਣੀ ਹੈ ਔਰ ਉਹ ਧੁਨ ਅਜੇ ਤੱਕ ਗੂੰਜ ਰਹੀ ਹੈ ਉਹ ਸਾਡੇ ਸਾਰੇ ਹਿਰਦਿਆਂ ਵਿੱਚ ਵੀ ਹੈ ਸਾਰੇ ਬ੍ਰਹਿਮੰਡ ਵਿੱਚ ਵੀ ਜਿਸ ਵੇਲੇ ਨਾਮ ਦੇ ਵਿੱਚ ਸੁਰਤ ਜੁੜ ਜਾਂਦੀ ਹੈ ਉਹ ਲਿਬ ਬਣ ਜਾਂਦੀ ਹੈ ਉਦੋਂ ਉਸ ਧੁਨ ਦੇ ਵਿੱਚ ਲੀਨ ਹੋ ਜਾਂਦਾ ਹੈ ਉਹ ਤੁਨ ਫਿਰ ਸੁਣਦੀ ਅਨਹਦ ਨਾਦ ਜਿਹੜਾ ਹੈ ਅਨਾਹਤ ਬਾਣੀ ਕਹੇ ਅਨਹਦ ਧੁਨ ਕਿਹਾ ਉਹ ਜਿਹੜੀ ਫਿਰ ਸੁਣਨ ਲੱਗ ਪੈਂਦੀ ਹੈ ਫਿਰ ਉਸ ਦੇ ਆਨੰਦ ਵਿੱਚ ਉਹ ਮਗਨ ਹੋ ਜਾਂਦੇ ਨੇ ਤਾਂ ਐਸਾ ਤਨ ਗੁਰੂ ਨਾਨਕ ਸਾਹਿਬ ਜੀ ਕਰਤਾ ਪੁਰਖ ਹਨ ਇਹ ਸਾਰਾ ਕੁਝ ਕਰਨ ਹਰ ਬਖਸ਼ਿ ਕੀਤੀ ਰਾਇ ਬੁਲਾਰ ਤੇ ਬਖਸ਼ਿਸ਼ ਕਰਕੇ ਹਜੂਰ ਜੀ ਨੇ ਨਾਮ ਦੀ ਨਿਵ ਜੜੀ ਹੈ ਉਸ ਦੀ ਬਖਸ਼ਿਸ਼ ਕੀਤੀ ਹੈ ਜਾਗਿਓ ਪਰਮ ਪ੍ਰੀਮ ਅਬ ਰਾਮੂ ਤਾਂ ਇਸ ਨੂੰ ਦਾਤ ਨੂੰ ਪ੍ਰਾਪਤ ਕਰਕੇ ਸਭ ਤੋਂ ਵੱਡਾ ਮਹਾਨ ਪਰਮ ਪ੍ਰੇਮ ਜਿਹੜਾ ਹਿਰਦੇ ਵਿੱਚ ਜਾਗ ਪਿਆ ਗੁਰੂ ਨਾਨਕ ਦੇ ਚਰਨਾਂ ਦਾ ਸਰਤ ਗਿਰਾ ਹੋਏ ਦੀਨ ਬਹੋਰੀ ਤੇ ਫਿਰ ਇਸ ਦਾਤ ਨੂੰ ਪ੍ਰਾਪਤ ਕਰਕੇ ਫਿਰ ਸੋ ਕਹਿੰਦੇ ਬੜਾ ਅਧੀਨ ਹੋ ਕੇ ਤਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਦਰਸ ਲਾਲਸਾ ਰੇ ਦੇਣਾ ਥੋੜੀ ਭਈ ਜਿਸ ਦੇ ਮਨ ਵਿੱਚ ਸਾਹਿਬ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਲਾਲਸਾ ਥੋੜੀ ਨਹੀਂ ਹੈ ਬਹੁਤ ਵੱਡੀ ਖੁਆਹਿਸ਼ ਹੈ ਕਿ ਮੈਂ ਦਰਸ਼ਨ ਕਰੀ ਜਾਵਾਂ ਤਮ ਗਮਨੇ ਅਵਪੁਰ ਸੁਲਤਾਨਾ ਤੇ ਕਹਿੰਦਾ ਹੈ ਮਹਾਰਾਜ ਤੁਸੀਂ ਤਾਂ ਹੁਣ ਸੁਲਤਾਨਪੁਰ ਸਾਹਿਬ ਨੂੰ ਚਲੇ ਜਾਣਾ ਹੈ ਜੀ ਓਏ ਹੋਤ ਬਰੇਹ ਕਸ਼ਟ ਮਹਨ ਤੇ ਤੁਹਾਡੇ ਵਿਛੋੜੇ ਦਾ ਮੈਨੂੰ ਬਹੁਤ ਵੱਡਾ ਕਸ਼ਟ ਦੁੱਖ ਹੋਵੇਗਾ ਜਦੋਂ ਤੁਸੀਂ ਚਲੇ ਜਾਓਗੇ ਤੇ ਫਿਰ ਮੈਂ ਕੀ ਕਰੂੰਗਾ ਤੁਹਾਡੇ ਦਰਸ਼ਨਾਂ ਦਾ ਵਿਛੋੜਾ ਸਹਾਰਿਆ ਨਹੀਂ ਜਾਣਾ ਹੈ। ਪਰੀਏ ਤੇ ਬਲੋ ਕਰ ਦੇ ਮੈਂ ਸਾਚੀ। ਮਹਾਰਾਜ ਸਤਗੁਰੂ ਜੀ ਨੇ ਇਸ ਦੀ ਸੱਚੀ ਪ੍ਰੀਤ ਨੂੰ ਹਿਰਦੇ ਵਿੱਚ ਤੱਕ ਕਰਕੇ ਕਮਲ ਬਦਨ ਪਨ ਗਿਰਾ ਉਵਾਚੀ। ਧਨ ਕਮਲ ਸ੍ਰੀ ਦੇ ਮੁਖ ਤੋਂ ਸਾਹਿਬ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਕਹਿੰਦੇ ਨੇ। ਚਿਤ ਚੇਤਿਆ ਰੱਖੋ ਆਵਨਿਪਾ ਕਹਿੰਦੇ ਰਾਜਾ ਇੰਜ ਕਰ ਆਪਣੇ ਚੇਤ ਵਿੱਚ ਸਾਨੂੰ ਤੂੰ ਚੇਤੇ ਰੱਖਿਆ ਕਰ। ਹਰਦੇ ਵਿੱਚ ਚੇਤੇ ਕਰਿਆ ਕਰ ਮੈਂ ਹਾਂ ਤੁਮਰੇ ਸਦਾ ਸਮੀਪਾ ਤਾਂ ਫਿਰ ਮੈਂ ਤੁਹਾਡੇ ਹਾਜ਼ਰ ਨਾਜ਼ਰੀ ਰਵਾਂ ਗਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਚਿੱਤ ਵਿੱਚ ਭਾਵਨਾ ਨਾਲ ਯਾਦ ਕਰੋ ਅਸੀਂ ਹਾ ਜਰ ਹੀ ਰਹਾਂਗੇ ਸਦ ਹਜੂਰ ਹਾਜ਼ਰ ਹੈ ਨਾਜ਼ਰ ਕਤੈ ਨ ਪਹਿਓ ਦੁਰਾਈ ਅਸ ਪ੍ਰਕਾਰ ਦੇ ਕਰ ਔਰ ਧੀਰਾ ਇਸ ਤਰੀਕੇ ਦੇ ਨਾਲ ਸੋ ਧੀਰਜ ਦੇ ਕਰਕੇ ਰਾਏ ਸਾਹਿਬ ਜੀ ਨੂੰ ਕਰ ਆਏ ਪੁਨ ਗੁਨੀ ਗਹੀਰਾ ਧੰਨ ਸਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਬਖਸ਼ਿਸ਼ ਕੀਤੀ ਹੈ ਫਿਰ ਆਪਣੇ ਘਰ ਵਿੱਚ ਆਏ ਹਨ ਮੇਲੀ ਮਾਤ ਔਰ ਪ੍ਰੇਮ ਵਡਾਈ ਤੁਬ ਮਾਤਾ ਜੀ ਹਿਰਦੇ ਚ ਬਹੁਤ ਵੱਡਾ ਪ੍ਰੇਮ ਵਧਾ ਕੇ ਮਿਲੇ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਤਿਆਰੀ ਕੀਤੀ ਜਾਣ ਦੀ ਜੋ ਲਵੇਰੀ ਗਊ ਜੜੀ ਹੈ ਇਸ ਪ੍ਰਕਾਰ ਮਿਛਰ ਕਰਕੇ ਮੱਛੇ ਤੋਂ ਜਿਸ ਤਰੀਕੇ ਨਾਲ ਪ੍ਰੇਮ ਕਰਦੀ ਹੈ ਇਸ ਤਰ੍ਹਾਂ ਹੁਣ ਮਾਤਾ ਜੀ ਨੇ ਤਨ ਸਹਿਬ ਗੁਰੂ ਨਾਨਕ ਸਾਹਿਬ ਦਾ ਹਿਰਦੇ ਵਿੱਚ ਪਿਆਰ ਸਾਂਭਿਆ ਸਾਤ ਸੰਗਤ ਜੀ ਤਨ ਮੇਰੇ ਸ਼ੰਚਾ ਪਿਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ ਸਾਤ ਸੰਗਤ ਜੀ ਮਹਾਨ ਕਿਰਪਾ ਕੀਤੀ ਹਜ਼ੂਰ ਪਾਤਸ਼ਾਹ ਜੀ ਨੇ ਸੋ ਜਿਸ ਤਰੀਕੇ ਦੇ ਨਾਲ ਹਜ਼ੂਰ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਨੇ ਸੋ ਪਾਦੇ ਤੇ ਬਖਸ਼ਿਸ਼ ਕੀਤੀ ਮੁੱਲਾਂ ਤੇ ਬਖਸ਼ਿਸ਼ ਕੀਤੀ ਹੈ ਪਰਹੁਤੇ ਬਖਸ਼ਿਸ਼ ਕੀਤੀ ਰਾਏ ਬੁਲਾਰ ਤੇ ਬਖਸ਼ਿਸ਼ ਕੀਤੀ ਹੈ ਸਤਗੁਨੀ ਰਹਿਮਤ ਕਰਨ ਸਾਡੇ ਤੇ ਵੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋਵੇ ਐਸੀ ਪੁਮਿੱਤਰ ਅਵਸਥਾ ਨੂੰ ਧਾਰਨ ਕਰਕੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਆਪੇ ਮੇਲੇ ਦੀ ਵਰਤਨ ਦੇ ਪਾਤਰ ਬਣੀਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸਣੀਆਂ ਜੋ ਹੋਵੇ ਸਹਿਬ ਸੋ ਮੇਲੇ ਦੀ ਦਾਤ ਪ੍ਰਾਪਤ ਹੋਵੇ ਹਸ ਪ੍ਰਕਾਰ ਦੇ ਕਰ ਔਰ ਧੀਰਾ ਕਰ ਆਏ ਪੁਨ ਗੁਨੀ ਗਹੀਰਾ ਮੇਰੀ ਮਾਤ ਔਰ ਪ੍ਰੇਮ ਚ ਵਡਾਈ ਮਿਸ਼ਰਤ ਬਸ ਜਿਉ ਧੇਨ ਲਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ